ਸਤਿਕਾਰ ਸਾਰਿਆਂ ਨੂੰ ਕੀ ਹਾਲ ਆ ਤੁਹਾਡੇ ਸਾਰਿਆਂ ਦੇ ਤੇ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਅਗਰ ਤੁਸੀਂ ਇਸ ਵੀਡੀਓ ਤੇ ਕਲਿੱਕ ਕੀਤਾ ਹੈ ਜਾਂ ਤੁਸੀਂ ਆ ਰਹੇ ਹੋ ਜਾਂ ਤਾਂ ਦੋ ਵਜ੍ਹਾ ਹੋ ਸਕਦੀਆਂ ਹੁੰਦੀਆਂ ਜਾਂ ਤਾਂ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਹੈ ਉਹ ਡਿਸੇਬਲ ਹੋ ਚੁੱਕਾ ਹੈ ਤੇ ਜਾਂ ਤਾਂ ਫਿਰ ਤੁਸੀਂ ਇਨਫੋਰਮੇਸ਼ਨ ਲੈਣ ਲਈ ਆਏ ਹੋ ਕਿ ਇੰਸਟਾਗ੍ਰਾਮ ਦਾ ਅਕਾਊਂਟ ਵੀ ਡਿਸੇਬਲ ਹੁੰਦਾ ਹੈ ਤੇ ਹਾਂ ਇੰਸਟਾਗ੍ਰਾਮ ਦਾ ਅਕਾਊਂਟ ਜਿਹੜਾ ਹੈ ਉਹ ਡਿਸੇਬਲ ਹੁੰਦਾ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਡਿਸਕਲੇਮਰ ਕਿ ਇਹ ਜਿਹੜੀ ਵੀਡੀਓ ਹੈ ਤੁਸੀਂ ਟਾਈਟਲ ਤਾਂ ਪੜ੍ਹ ਹੀ ਲਿਆ ਹੋਣਾ ਹੈ ਕਿ ਸਾਡਾ ਜਿਹੜਾ ਇੰਸਟਾਗ੍ਰਾਮ ਅਕਾਊਂਟ ਸੀਗਾ ਉਹ ਡਿਸੇਬਲ ਹੋਇਆ ਸੀਗਾ ਕਿ ਅਗਰ ਤੁਸੀਂ ਇਹ ਵੀਡੀਓ ਇਸ ਲਈ ਦੇਖ ਰਹੇ ਹੋ ਕਿ ਅਗਰ ਤੁਹਾਡਾ ਅਕਾਊਂਟ ਡਿਸੇਬਲ ਹੋ ਗਿਆ ਹੈ ਤਾਂ ਕਮੈਂਟ ਬਾਕਸ ਵਿੱਚ ਹੋ ਸਕਦਾ ਹੈ ਕਾਫੀ ਸਾਰੇ ਲੋਕ ਕਮੈਂਟ ਕਰਨ ਕਿ ਇਹ ਬੰਦੇ ਨੇ ਮੇਰਾ ਇੰਸਟਾਗ੍ਰਾਮ ਅਕਾਊਂਟ ਵਾਪਸ ਲਿਆਤਾ ਜਾਂ ਇਸ ਬੰਦੇ ਨੇ ਮੈਨੂੰ ਇੰਸਟਾਗ੍ਰਾਮ ਅਕਾਊਂਟ ਵਾਪਸ ਲਿਆਤਾ ਜਾਂ ਇਹਨੂੰ ਤੁਸੀਂ ਪੈਸੇ ਦੇ ਕੇ ਕੁਝ ਪੈਸੇ ਦੇ ਕੇ ਤੁਸੀਂ ਆਪਣਾ ਅਕਾਊਂਟ ਵਾਪਸ ਲੈ ਸਕਦੇ ਆ ਇਦਾਂ ਦਾ ਕੁਝ ਨਹੀਂ ਆ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਹੈ ਸਿਰਫ ਤੁਸੀਂ ਹੀ ਵਾਪਸ ਲੈ ਸਕਦੇ ਲੈ ਕੇ ਆ ਸਕਦੇ ਆ ਜਾਂ ਇੰਸਟਾਗ੍ਰਾਮ ਖੁਦ ਹੀ ਵਾਪਸ ਕਰ ਸਕਦਾ ਹੈ ਹੋਰ ਕੋਈ ਬੰਦਾ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਵਾਪਸ ਨਹੀਂ ਲਿਆ ਸਕਦਾ ਇੰਸਟਾਗ੍ਰਾਮ ਅਕਾਊਂਟ ਡਿਸੇਬਲ ਹੋਣਾ ਇੱਕ ਬਹੁਤ ਹੀ ਜ਼ਿਆਦਾ ਫਰਸਟ੍ਰੇਟਿੰਗ ਚੀਜ਼ ਹੈਗੀ ਆ ਕਿ ਇੱਕ ਕ੍ਰੀਏਟਰ ਜਿਹੜਾ ਆ ਉਹ ਇੰਨੀ ਮਿਹਨਤ ਕਰਦਾ ਆ ਆਪਣੇ ਆਪਣਾ ਕੰਟੈਂਟ ਬਣਾਉਣ ਦੇ ਵਿੱਚ ਅਤੇ ਮਤਲਬ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜਿਹੜਾ ਉਹ ਬਣਾਉਂਦਾ ਆ ਚਾਹੇ ਉਹ ਕੋਈ ਮੇਕਅਪ ਆਰਟਿਸਟ ਆ ਜਾਂ ਫਿਰ ਕੋਈ ਜਿੱਦਾਂ ਸਾਡੇ ਵਾਂਗੂ ਕਾਮੇਡੀ ਵੀਡੀਓ ਬਣਾਉਣ ਵਾਲਾ ਆਰਟਿਸਟ ਆ ਜਾਂ ਫਿਰ ਕੋਈ ਵੀ ਆਰਟਿਸਟ ਆ ਜੋ ਆਪਣੀ ਕੰਟੈਂਟ ਕ੍ਰੀਏਟ ਕਰ ਰਿਹਾ ਅਤੇ ਇੰਨੀ ਮਿਹਨਤ ਲਗਾ ਕੇ ਅਗਰ ਇੱਕੋ ਦਮ ਇੰਸਟਾਗ੍ਰਾਮ ਵੱਲੋਂ ਡਿਸੇਬਲ ਕਰ ਦਿੱਤਾ ਜਾਵੇ ਅਤੇ ਜਾਂ ਹੈਕ ਹੋ ਜਾਵੇ ਅਤੇ ਉਹਦੇ ਵਾਂਗੂ ਫਰਸਟ੍ਰੇਟਿੰਗ ਚੀਜ਼ ਕੋਈ ਨਹੀਂ ਹੁੰਦੀ ਨੋਰਮਲੀ ਕੀ ਹੁੰਦਾ ਹੈ ਕਿ ਜਿਹੜੇ ਇੰਸਟਾਗ੍ਰਾਮ ਅਕਾਊਂਟ ਜਿਹੜੇ ਡਿਸੇਬਲ ਹੁੰਦੇ ਆ ਉਹ 24 ਆਵਰਸ ਦੇ ਵਿੱਚ ਵਾਪਸ ਆ ਜਾਂਦੇ ਆ ਬਟ ਕਈ ਵਾਰੀ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ ਕਈਆਂ ਅਕਾਊਂਟਸ ਨੂੰ 15 ਦਿਨ ਲੱਗ ਜਾਂਦੇ ਆ ਕਈਆਂ ਨੂੰ ਮਹੀਨਾ ਲੱਗ ਜਾਂਦਾ ਆ ਅਤੇ ਕਈ ਤਾਂ 2-2 ਮਹੀਨੇ ਤੱਕ ਨਹੀਂ ਆਉਂਦੇ ਵਾਪਸ ਅਤੇ ਕਈ ਤਾਂ ਕਦੇ ਵਾਪਸ ਆਉਂਦੇ ਹੀ ਨਹੀਂ ਆ ਸੋ ਇਹ ਕੋਈ ਗਰੰਟੀ ਨਹੀਂ ਹੈਗੀ ਕਿ ਅਕਾਊਂਟ ਵਾਪਸ ਆਏਗਾ ਬਟ ਇਹਦੇ ਪਿੱਛੇ ਇੱਕ ਹੈਗਾ ਆ ਕਿ ਇੰਸਟਾਗ੍ਰਾਮ ਦੀ ਸਭ ਤੋਂ ਮਾੜੀ ਚੀਜ਼ ਕੀ ਹੈ ਕਿ ਯੂਟਿਊਬ ਅਤੇ ਫੇਸਬੁੱਕ ਵਾਂਗੂ ਇੰਸਟਾਗ੍ਰਾਮ ਦਾ ਕੋਈ ਵੀ ਕਸਟਮਰ ਸਰਵਿਸ ਨਹੀਂ ਹੈਗਾ ਸਭ ਤੋਂ ਮਾੜੀ ਗੱਲ ਇਹ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿ ਅਗਰ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਆ ਉਹ ਡਿਸੇਬਲ ਹੋਇਆ ਅਤੇ ਕੀ ਵਜ੍ਹਾ ਉਹਦੇ ਪਿੱਛੇ ਹੋ ਸਕਦੀਆਂ ਹੈ ਅਤੇ ਐਸੇ ਕੀ ਸੋਲਿਊਸ਼ਨਸ ਹੈਗੇ ਆ ਕਿ ਤੁਸੀਂ ਆਪਣਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਹੈ ਉਹ ਵਾਪਸ ਲੈ ਸਕਦੇ ਹੋ ਪਹਿਲੇ ਅਸੀਂ ਤੁਹਾਨੂੰ ਆਪਣੀ ਸਟੋਰੀ ਦੱਸਦੇ ਹਾਂ ਕਿ ਸਾਡੇ ਪੇਜ ਦੇ ਨਾਲ ਕੀ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਲਿਊਸ਼ਨਸ ਦੱਸਾਂਗੇ ਕਿ ਕੀ ਕਰ ਸਕਦੇ ਹਾਂ ਤੁਸੀਂ ਸੋ ਵੀਡੀਓ ਦੇਖਦੇ ਰਹੋ ਲਗਾਤਾਰ ਕਿਉਂਕਿ ਆਪਾਂ ਸਟੋਰੀ ਦੇ ਵਿੱਚ ਕੁਝ ਐਸੇ ਟੋਪਿਕਸ ਵੀ ਹੋਣਗੇ ਕਿ ਜੋ ਹੋ ਸਕਦਾ ਤੁਹਾਡੇ ਕੰਮ ਆ ਜਾਣ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਅਤੇ ਟਿਲ ਦੀ ਐਂਡ ਦੇਖਿਓ ਕਿਉਂਕਿ ਐਂਡ ਦੇ ਵਿੱਚ ਆਪਾਂ ਸਲਿਊਸ਼ਨਸ ਬਾਰੇ ਵੀ ਗੱਲ ਕਰਾਂਗੇ ਬਟ ਇਨ ਬਿਟਵੀਨ ਜੋ ਤੁਹਾਡੇ ਕੇਸ ਦੇ ਵਿੱਚ ਆਪਾਂ ਸਟੈਪਸ ਲਏ ਸੀਗੇ ਉਹ ਸ਼ਾਇਦ ਤੁਹਾਡੇ ਕੰਮ ਆ ਜਾਣ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਉਹਨੂੰ ਲਗਾਤਾਰ ਦੇਖਦੇ ਰਹੋ ਸਭ ਤੋਂ ਪਹਿਲਾਂ ਕੀ ਹੋਇਆ 23rd of February 2022 ਇਸੇ ਸਾਲ ਨੂੰ ਆਪਾਂ ਇੱਕ ਫਰੈਂਡ ਦੀ ਜਾਗੋ 'ਤੇ ਗਏ ਹੋਏ ਸੀਗੇ ਅਤੇ ਆਪਾਂ ਨੋਰਮਲੀ ਆਪਣਾ ਇੰਜੋਏ ਕਰ ਰਹੇ ਸੀਗੇ ਮੈਂ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰ ਰਿਹਾ ਸੀਗਾ ਅਤੇ ਰਵਨੀਤ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰ ਰਹੀ ਸੀ ਅਤੇ ਨੋਰਮਲੀ ਜਿੱਦਾਂ ਸਾਨੂੰ ਨੋਟੀਫਿਕੇਸ਼ਨਸ ਆਉਂਦੇ ਆ ਅਤੇ ਮੈਂ ਇੱਦਾਂ ਹੀ ਟੈਪ ਕੀਤਾ ਅਤੇ ਮੇਰੀ ਆਈ ਡੀ ਖੁੱਲ੍ਹੀ ਅਤੇ ਉਸ ਤੋਂ ਬਾਅਦ ਮੈਂ ਦੈਟ ਕਪਲ ਤੋਂ ਆਪਣਾ ਜਿਹੜਾ ਸਾਡਾ ਅਕਾਊਂਟ ਆ ਅਸੀਂ ਉਹ ਖੋਲ੍ਹਣ ਦੀ ਮੈਂ ਕੋਸ਼ਿਸ਼ ਕੀਤੀ ਅਤੇ ਉਹ ਖੁੱਲ੍ਹ ਨਹੀਂ ਰਿਹਾ ਸੀਗਾ ਉਹਦੇ 'ਤੇ ਆ ਰਿਹਾ ਸੀ ਯੂ ਆਰ ਸਾਈਨਡ ਆਊਟ ਅਤੇ ਇੱਦਾਂ ਕਦੇ ਪਹਿਲਾਂ ਹੋਇਆ ਨਹੀਂ ਸੀਗਾ ਅਤੇ ਮੈਂ ਕਿਹਾ ਇਹ ਪਤਾ ਨਹੀਂ ਕਿਉਂ ਹੋ ਗਿਆ ਮੇ ਬੀ ਕੋਈ ਇੰਟਰਨੈਟ ਦਾ ਇਸ਼ੂ ਆ ਜਾਂ ਇੰਸਟਾਗ੍ਰਾਮ ਵੱਲੋਂ ਕੋਈ ਗਲਿਚ ਆ ਬਟ ਐਸਾ ਕੁਛ ਨਹੀਂ ਸੀ ਫਿਰ 2 ਵਾਰੀ ਮੈਂ ਟਰਾਈ ਕੀਤਾ ਨਹੀਂ ਹੋਇਆ ਅਤੇ ਉੱਥੇ ਆਪਾਂ ਵੈਰੀਫਿਕੇਸ਼ਨ ਕੋਡ ਲੱਗਾ ਹੋਇਆ ਅਤੇ ਮੈਂ ਜਦੋਂ ਔਨ ਕਰ ਰਹੀ ਸੀ ਉਹ ਕੋਡ ਇਹਨਾਂ ਦੇ ਫੋਨ 'ਤੇ ਆਉਂਦਾ ਹੈ ਅਤੇ ਮੈਂ ਕਿਹਾ ਚਲੋ ਕੋਈ ਨਹੀਂ ਥੋੜ੍ਹੀ ਦੇਰ ਵੇਟ ਕਰਦੇ ਜਦੋਂ ਆਪਾਂ ਮਿਲਾਂਗੇ ਅਤੇ ਫਿਰ ਆਪਾਂ ਕਰਦੇ ਹਾਂ ਉਸ ਚੀਜ਼ 'ਤੇ ਫੋਕਸ ਥੋੜ੍ਹੀ ਦੇਰ ਬਾਅਦ ਰਵਨੀਤ ਮੇਰੇ ਕੋਲ ਇਹ ਕਹਿੰਦੀ ਸਾਡਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਨਾ ਉਹ ਆਪਾਂ ਐਕਸੈਸ ਨਹੀਂ ਕਰ ਪਾ ਰਹੇ ਉਹ ਚੱਲ ਨਹੀਂ ਰਿਹਾ ਮੈਂ ਵੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੰਸਟਾਗ੍ਰਾਮ ਅਕਾਊਂਟ ਜਿਹੜਾ ਮੇਰੇ ਫੋਨ ਦੇ ਵਿੱਚ ਖੁੱਲ੍ਹ ਗਿਆ ਬਟ ਉਹ ਰੀਫਰੈਸ਼ ਨਹੀਂ ਹੋ ਰਿਹਾ ਸੀਗਾ ਕੋਈ ਵੀ ਪੋਸਟ ਨਹੀਂ ਦਿਖ ਰਿਹਾ ਸੀਗਾ 000 ਮਤਲਬ ਪੋਸਟ ਫੋਲੋਇੰਗ ਅਤੇ ਫੋਲੋਅਰ ਸੀ ਨਾ 00 ਆਉਂਦੇ ਪਏ ਸੀਗੇ ਆਲਦੋ ਸਾਡਾ ਨਾਮ ਅਤੇ ਡੀਪੀ ਦਿਖਦੀ ਪਈ ਸੀਗੀ ਅਤੇ ਮੈਂ ਕਿਹਾ ਹੋ ਸਕਦਾ ਕੋਈ ਟੈਕਨੀਕਲ ਗਲਿਚ ਹੋਊਗਾ ਅਤੇ ਦੇਖਦੇ ਹਾਂ 10-15 ਮਿੰਟ ਬਾਅਦ ਮੈਂ ਦੁਬਾਰਾ ਟਰਾਈ ਕੀਤਾ ਅਤੇ ਅਕਾਊਂਟ ਮੇਰੇ ਵੱਲੋਂ ਵੀ ਲੋਕਡਾਊਟ ਹੋ ਗਿਆ ਇਹਦੇ ਵੱਲੋਂ ਵੀ ਆਪਾਂ ਦੋਨੋਂ ਲੋਕਆਊਟ ਹੋ ਗਏ ਆਪਾਂ ਬਾਹਰ ਆ ਗਏ ਲੋਕਆਊਟ ਹੋ ਗਏ ਅਤੇ ਜਦੋਂ ਮੈਂ ਦੁਬਾਰਾ ਉੱਥੇ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਇੱਕ ਪੋਪਅਪ ਆਉਂਦਾ ਹੈ ਸਭ ਤੋਂ ਪਹਿਲਾਂ ਇਹ ਤੁਹਾਡੇ ਨਾਲ ਵੀ ਹੋਇਆ ਹੋਊਗਾ ਅਗਰ ਤੁਹਾਡਾ ਅਕਾਊਂਟ ਡਿਸੇਬਲ ਹੋ ਗਿਆ ਅਤੇ ਪੋਪਅਪ ਆਏਗਾ ਕਿ ਯੋਰ ਅਕਾਊਂਟ ਹੈਜ਼ ਬੀਨ ਡਿਸੇਬਲਡ ਯੂ ਕੈਨ ਟਰਾਈ ਅਗੇਨ ਆਫਟਰ 24 ਆਵਰਸ ਅਤੇ ਇੱਕ 24 ਆਵਰ ਦਾ ਗ੍ਰੇਸ ਪੀਰੀਅਡ ਹੁੰਦਾ ਹੈ ਇਹਦੇ ਵਿੱਚ ਕੀ ਹੈ ਕਿ ਜ਼ਿਆਦਾਤਰ ਅਕਾਊਂਟ ਜਿਹੜੇ ਮੈਕਸੀਮਮ ਅਕਾਊਂਟਸ ਆ ਅਗਰ ਉਹਨਾਂ ਦੇ ਵਿੱਚ ਕੋਈ ਵੀ ਇਨਫਰਿੰਜਮੈਂਟ ਨਹੀਂ ਹੋਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੋਈ ਵੀ ਇੰਸਟਾਗ੍ਰਾਮ ਦੀ ਪੋਲਿਸੀ ਜਿਹੜੀ ਆ ਉਹ ਵਾਇਲੇਟ ਨਹੀਂ ਹੋਈ ਹੈ ਤਾਂ ਜ਼ਿਆਦਾਤਰ ਅਕਾਊਂਟ ਜਿਹੜੇ ਆ ਇਸ ਗ੍ਰੇਸ ਪੀਰੀਅਡ ਦੇ ਵਿੱਚ 24 ਆਵਰ ਦੇ ਪੀਰੀਅਡ ਤੋਂ ਬਾਅਦ ਆ ਜਾਂਦੇ ਆ ਵਾਪਸ ਤਾਂ ਆਪਾਂ ਕਿਹਾ ਕਿ ਚਲੋ ਆਪਾਂ ਵੇਟ ਕਰ ਲੈਂਦੇ ਹਾਂ 24 ਆਵਰ ਤੱਕ ਆਪਾਂ ਵੇਟ ਕਰ ਲੈਂਦੇ ਹਾਂ ਅਤੇ ਆਪਾਂ ਵੇਟ ਕਰਦੇ ਰਹੇ ਅਤੇ 24 ਆਵਰ ਬਾਅਦ ਆਪਾਂ ਦੁਬਾਰਾ ਉੱਤੇ ਮਤਲਬ ਲਗਾਉਣਾ ਸ਼ੁਰੂ ਕੀਤਾ ਆਪਣਾ ਪਾਸਵਰਡ ਵਗੈਰਾ ਲਗਾਇਆ ਅਤੇ ਓ ਟੀ ਪੀ ਜਿਹੜਾ ਆਇਆ ਓ ਟੀ ਪੀ ਭਰਿਆ ਅਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਇੱਕ
ਪੌਪਅਪ ਹੋਇਆ, ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹਾਂ। ਸਾਡੇ ਕੇਸ ਦੇ ਵਿੱਚ ਇੱਕ ਕਾਪੀਰਾਈਟ ਇਨਫਰਿੰਜਮੈਂਟ ਕਰਕੇ ਮੈਨੂੰ ਮੇਲ ਆਈ ਸੀ। ਮੈਂ ਉਸ ਵੇਲੇ ਮੇਲ ਵੀ ਚੈੱਕ ਕੀਤੀ, ਉਸ 24 ਆਵਰਸ ਦੇ ਟਾਈਮ ਦੇ ਵਿੱਚ ਮੈਂ ਮੇਲ ਚੈੱਕ ਕੀਤੀ, ਉਸ 'ਚ ਵੀ ਲਿਖਿਆ ਸੀਗਾ ਯੋਰ ਕੰਟੈਂਟ ਹੈਜ਼ ਬਿਨ ਰਿਮੂਵਡ। ਆ ਮੈਂ ਉਹਦੀ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋਣੇ ਕਿ ਆਪ ਨੂੰ ਮੇਲ ਆਇਆ ਸੀਗਾ। ਅਤੇ ਇਹ ਜਿਹੜਾ ਇਹਦਾ ਮਤਲਬ ਹੁੰਦਾ ਕਿ ਕਾਪੀਰਾਈਟ ਇਨਫਰਿੰਜਮੈਂਟ ਹੋਈ ਆ ਅਤੇ ਕਿਸੇ ਨੇ ਕਾਪੀਰਾਈਟ ਸਟ੍ਰਾਈਕ ਜਿੱਦਾਂ ਕਹਿ ਲਓ ਪਾਈ ਆ ਅਤੇ ਉਹਦੇ ਕਰਕੇ ਅਕਾਊਂਟ ਬੈਨ ਹੋ ਗਿਆ। ਅਤੇ ਬਟ ਆਪਾਂ ਨੂੰ ਸਾਨੂੰ ਪਤਾ ਸੀਗਾ ਕਿ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ ਇਨਫਰਿੰਜਮੈਂਟ ਨਹੀਂ ਕੀਤੀ, ਕਿਉਂਕਿ ਜ਼ਿਆਦਾਤਰ ਪੋਸਟ ਦੇ ਵਿੱਚ ਜ਼ਿਆਦਾ ਸਾਡਾ ਆਪਣਾ ਫੇਸ ਹੈ, ਆਪਾਂ ਕਿਸੇ ਦਾ ਕੰਟੈਂਟ ਕਾਪੀ ਨਹੀਂ ਕਰਦੇ। ਹਾਂ, ਰੀਲਸ ਵਗੈਰਾ ਜੋ ਆਪਾਂ ਪਾਉਂਦੇ ਹਾਂ ਆਪਾਂ ਉਹੀ ਪਾਉਂਦੇ ਹਾਂ, ਉਸ ਤੋਂ ਇਲਾਵਾ ਆਪਾਂ ਜਾਂ ਤਾਂ ਆਪਣਾ ਆਪ ਦਾ ਕੰਟੈਂਟ ਕ੍ਰੀਏਟ ਕਰਦੇ ਹਾਂ ਜਾਂ ਤਾਂ ਸਾਡੀਆਂ ਹੀ ਫੋਟੋਆਂ ਹੁੰਦੀਆਂ, ਆਪਾਂ ਕਿਸੇ ਹੋਰ ਦੀ ਫੋਟੋ ਆਪਣੇ ਆਈਡੀ 'ਤੇ ਨਹੀਂ ਪਾਉਂਦੇ। ਸੋ ਇਹ ਕਾਪੀਰਾਈਟ ਇਨਫਰਿੰਜਮੈਂਟ ਦਾ ਕੋਈ ਵੀ ਸਵਾਲ ਉੱਥੇ ਪੈਦਾ ਨਹੀਂ ਹੁੰਦਾ। ਤੀਜੀ ਚੀਜ਼ ਕਿ ਜਦੋਂ ਮੈਂ ਉੱਥੇ ਪਾਇਆ ਅਤੇ ਉੱਥੇ ਪੋਪਅਪ ਜਿਹੜਾ ਤੁਸੀਂ ਸਕਰੀਨ 'ਤੇ ਦੇਖਿਆ ਹੋਇਆ, ਉੱਥੇ ਲਿਖਿਆ ਸੀਗਾ ਯੋਰ ਅਕਾਊਂਟ ਹੈਜ਼ ਬੀਨ ਡਿਸੇਬਲ ਫੋਰ ਵਾਇਲੇਟਿੰਗ ਇੰਸਟਾਗ੍ਰਾਮ ਟਰਮਸ ਐਂਡ ਪੋਲਿਸੀਜ਼, ਲਰਨ ਮੋਰ ਹਾਊ ਯੂ ਕੈਨ ਗੈਟ ਬੈਕ ਯੋਰ ਅਕਾਊਂਟ, ਇੱਦਾਂ ਕਰਕੇ ਆਉਂਦਾ। ਅਤੇ ਮੈਂ ਲਰਨ ਮੋਰ 'ਤੇ ਕਲਿੱਕ ਕੀਤਾ ਅਤੇ ਉਹ ਸਟੈਪ ਹੁੰਦਾ ਕਿ ਉੱਥੇ ਲਰਨ ਮੋਰ 'ਤੇ ਕਲਿੱਕ ਕਰੂੰਗੇ, ਇੱਕ ਫੋਰਮ, ਇੱਕ ਪੇਜ ਖੁੱਲ ਜਾਂਦਾ ਇੰਸਟਾਗ੍ਰਾਮ ਹੈਲਪ ਦਾ। ਉਹਦੇ ਵਿੱਚ ਆਉਂਦਾ ਹੈ ਪਲੀਜ਼ ਫਿਲ ਦਿਸ ਫੋਰਮ ਦੇ ਉੱਤੇ ਕਲਿੱਕ ਕੀਤਾ। ਮੈਂ ਕਿਹਾ ਚਲੋ ਹੁਣ ਤਾਂ ਅਕਾਊਂਟ ਵਾਪਸ ਆ ਹੀ ਜਾਏਗਾ, ਫੋਰਮ ਹੀ ਫਿਲ ਕਰਨਾ ਆ ਕਿ ਨਹੀਂ ਆਪਾਂ ਕੀਤਾ। ਅਤੇ ਉੱਥੇ ਲਿਖਿਆ ਹੁੰਦਾ ਇਫ ਦਿਸ ਇਜ਼ ਅ ਮਿਸਟੇਕ ਯੂ ਕੈਨ ਫਿਲ ਆਊਟ ਦਿਸ ਫੋਰਮ। ਅਤੇ ਉਹਦੇ ਵਿੱਚ ਸਭ ਤੋਂ ਉੱਪਰ ਹੁੰਦਾ ਆ ਤੁਹਾਡਾ ਨਾਮ, ਤੁਸੀਂ ਆਪਣਾ ਲੀਗਲ ਨੇਮ ਭਰਨਾ ਹੁੰਦਾ ਆ, ਜੋ ਲੀਗਲ ਨੇਮ ਤੁਹਾਡੇ ਆਈਡੀ ਪਰੂਫ ਦੇ ਵਿੱਚ ਹੈਗਾ ਹੈ ਉਹ ਨੇਮ ਭਰਨਾ ਹੁੰਦਾ ਆ। ਆਈਡੀ ਪਰੂਫ ਇੱਕ ਲਗਾਉਣਾ ਹੁੰਦਾ ਤੁਸੀਂ ਨਾਲ, ਕੋਈ ਵੀ ਜਿੱਦਾਂ ਪਾਸਪੋਰਟ ਹੋ ਗਿਆ, ਲਾਇਸੈਂਸ ਹੋ ਗਿਆ, ਆਧਾਰ ਕਾਰਡ ਹੋ ਗਿਆ, ਕੁਛ ਵੀ ਲਗਾਉਣਾ ਹੁੰਦਾ ਆ। ਤੁਸੀਂ ਆਪਣੀ ਨੈਸ਼ਨੈਲਿਟੀ ਦੱਸਣੀ ਹੁੰਦੀ ਆ। ਉੱਥੇ ਇੱਕ ਹੋਰ ਹੁੰਦਾ ਕਿ ਤੁਸੀਂ ਆਪਣੀ ਆਈਡੀ ਜਿਹੜੀ ਤੁਹਾਡੀ ਇੰਸਟਾਗ੍ਰਾਮ ਆਈਡੀ ਜੋ ਡਿਸੇਬਲ ਹੋਈ ਆ ਉਹ ਲਿਖਣੀ ਹੁੰਦੀ ਆ। ਫਿਰ ਥੱਲੇ ਇੱਕ ਉਹਨਾਂ ਨੇ ਵੱਡਾ ਜਿਹਾ ਕੋਲਮ ਦਿੱਤਾ ਹੁੰਦਾ ਆ, ਉੱਥੇ ਲਿਖਣਾ ਹੁੰਦਾ ਕਿ ਕਿਉਂ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਹਾਡਾ ਅਕਾਊਂਟ ਡਿਸੇਬਲ ਨਹੀਂ ਹੋਣਾ ਚਾਹੀਦਾ ਸੀਗਾ, ਕਿ ਇਹ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਇਹ ਇੱਕ ਮਿਸਟੇਕ ਆ। ਸੋ ਉੱਥੇ ਮੈਂ ਮੇਲ ਲਿਖੀ ਅਤੇ ਥੱਲੇ ਇੱਕ ਬਟਨ ਹੁੰਦਾ ਆ ਜਿੱਥੇ ਆਪਾਂ ਕਰਨਾ ਹੁੰਦਾ ਕਿ ਹਾਂ ਵੀ ਇਹ ਮੇਰਾ ਕੰਸੈਂਟ ਹੈਗਾ ਹੈ, ਉੱਥੇ ਕਲਿੱਕ ਕਰਕੇ ਥੱਲੇ ਆਪਣੇ ਸਿਗਨੇਚਰ ਕਰਨੇ ਹੁੰਦੇ, ਜੋ ਕਿ ਨੋਰਮਲ ਆਪਣਾ ਪੂਰਾ ਨਾਮ ਹੁੰਦਾ ਹੈ, ਕਲਿੱਕ ਕਰਕੇ ਸਬਮਿਟ ਕਰਤਾ। ਅੱਛਾ, ਮੈਨੂੰ ਲੱਗਾ ਹਾਂ ਠੀਕ ਆ ਵਾਪਸ ਆ ਜਾਏ। ਇੱਕ ਦਿਨ ਹੋ ਗਿਆ, ਦੋ ਦਿਨ ਹੋ ਗਏ, ਤਿੰਨ ਦਿਨ ਹੋ ਗਏ, ਚਾਰ ਦਿਨ ਹੋ ਗਏ, ਹਫ਼ਤਾ ਹੋ ਗਿਆ, ਕੋਈ ਰਿਸਪੋਂਸ ਨਹੀਂ ਇੰਸਟਾਗ੍ਰਾਮ ਵੱਲੋਂ, ਕੋਈ ਰਿਸਪੋਂਸ ਨਹੀਂ। ਇਸ ਦੌਰਾਨ ਸਾਨੂੰ ਪੇਸ਼ੈਂਸ ਰੱਖਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜਦੋਂ ਆਪਾਂ ਪੇਸ਼ੈਂਸ ਲੂਜ਼ ਕਰਦੇ ਹਾਂ ਨਾ, ਅਤੇ ਆਪਾਂ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਾਂ, ਉਹ ਨਹੀਂ ਕਰਨਾ ਕੰਮ, ਹਾਪੜ ਤੋੜੀ ਨਹੀਂ ਕਰਨੀ ਇਸ, ਇਹ ਬਹੁਤ ਜ਼ਿਆਦਾ ਉਹ ਆ। ਸੋ ਇਹ ਜਿਹੜਾ ਫਿਲ ਕਰਨਾ ਹੈ ਬਹੁਤ ਨੈਸੈਸਰੀ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਬੜੇ ਜਣੇ ਤੁਸੀਂ, ਕਿਉਂਕਿ ਪਰੇਸ਼ਾਨ ਹੁੰਦਾ ਨਾ ਜਦੋਂ ਬੰਦਾ ਉਹ ਦਰ ਦਰ ਭਟਕਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਟਾਈਮ 'ਤੇ ਤੁਹਾਨੂੰ ਕੋਈ ਨਾ ਕੋਈ ਆ ਕੇ ਇੱਦਾਂ ਕਹੂਗਾ ਕਿ ਤੁਸੀਂ ਇੰਨੇ ਪੈਸੇ ਦੇ ਦਿਓ, ਮੈਂ ਤੁਹਾਡਾ ਅਕਾਊਂਟ ਵਾਪਸ ਲੈਣਾ, ਅਤੇ ਪਲੀਜ਼ ਆਪਣੀ ਮਨੀ ਵੇਸਟ ਨਾ ਕਰਿਓ, ਕਿਉਂਕਿ ਤੁਹਾਡਾ ਅਕਾਊਂਟ ਜਿਹੜਾ ਹੈ ਉਹ ਕੋਈ ਵੀ ਵਾਪਸ ਨਹੀਂ ਲੈ ਕੇ ਆ ਸਕਦਾ, ਸਿਰਫ ਤੁਹਾਡੇ ਤੋਂ ਇਲਾਵਾ ਜਾਂ ਇੰਸਟਾਗ੍ਰਾਮ ਤੋਂ ਇਲਾਵਾ ਤੁਹਾਡਾ ਅਕਾਊਂਟ ਕੋਈ ਵਾਪਸ ਨਹੀਂ ਲੈ ਕੇ ਆ ਸਕਦਾ। ਆਪਣੇ ਪੈਸੇ ਉਹਦੇ 'ਤੇ ਨਾ ਖਰਾਬ ਕਰਿਓ, ਮੈਂ ਬਾਰ ਬਾਰ ਇਹਦੇ 'ਤੇ ਆਪਾਂ ਜ਼ੋਰ ਦੇ ਰਹੇ ਹਾਂ। ਸੋ ਨੈਕਸਟ ਫਰਦਰ ਕੀ ਹੋਇਆ ਕਿ ਪੇਸ਼ੈਂਸ ਰੱਖਣਾ ਬਹੁਤ ਜ਼ਰੂਰੀ ਹੈ, ਅਤੇ 15 ਦਿਨ ਹੋ ਗਏ ਸਾਨੂੰ ਇਸ ਚੀਜ਼ ਨੂੰ, ਅਤੇ ਆਪਾਂ ਰੋਜ਼ ਉਹ ਫੋਰਮ ਫਿਲ ਕਰਦੇ ਸੀਗੇ। ਅਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹ ਜਿਹੜਾ ਫੋਰਮ ਅਗਰ ਫਿਲ ਆਊਟ ਕਰੋਗੇ ਤਾਂ ਉਸ ਫੋਰਮ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਭਰਨਾ ਆ, ਉਸ ਤੋਂ ਜ਼ਿਆਦਾ ਵਾਰ ਨਾ ਭਰਿਓ ਉਹਨੂੰ, ਕਿਉਂਕਿ ਅਗਰ ਤੁਸੀਂ ਜ਼ਿਆਦਾ ਵਾਰ ਭਰੋਗੇ ਤਾਂ ਇੰਸਟਾਗ੍ਰਾਮ ਪਹਿਲੀ ਗੱਲ ਤਾਂ ਉੱਥੇ ਤੁਹਾਨੂੰ ਭਰਨ ਨਹੀਂ ਦੇਗਾ, ਕਿ ਅਗਰ ਉੱਥੇ ਭਰਨ ਨੂੰ ਕਹੇਗਾ ਉਹ ਤਾਂ ਇੱਕ ਵਾਰਨਿੰਗ ਦੇਗਾ ਪਹਿਲਾਂ ਕਿ ਤੁਸੀਂ ਜ਼ਿਆਦਾ ਵਾਰ ਭਰ ਰਹੇ ਹੋ ਤਾਂ ਹੋ ਸਕਦਾ ਇਹ ਸਪਾਮ ਹੋ ਜਾਵੇ। ਅਤੇ ਅਗਰ ਤੁਹਾਡੇ ਆਈ ਪੀ ਐਡਰੈਸ ਤੋਂ ਉਹ ਸਪਾਮ ਹੋ ਗਿਆ, ਅਤੇ ਉਹ ਸਪਾਮ ਮਤਲਬ ਕਿ ਇੰਸਟਾਗ੍ਰਾਮ ਦੇ ਸਪਾਮ, ਜਿੱਦਾਂ ਈਮੇਲ ਦੇ ਵਿੱਚ ਇੱਕ ਸਪਾਮ ਫੋਲਡਰ ਹੁੰਦਾ ਨਾ, ਉਹ ਸਪਾਮ ਦੇ ਵਿੱਚ ਜਾਣ ਲੱਗ ਪੈਂਦਾ ਇੰਸਟਾਗ੍ਰਾਮ ਦੀ ਈਮੇਲ 'ਚ, ਅਤੇ ਉਹ ਫਿਰ ਚੈੱਕ ਨਹੀਂ ਕਰਦੇ, ਫਿਰ ਤਾਂ ਤੁਸੀਂ ਆਪਣਾ ਅਕਾਊਂਟ ਭੁੱਲ ਜਾਓ, ਫਿਰ ਅਗਰ ਉਹ ਸਪਾਮ ਹੋ ਗਿਆ ਫਿਰ ਤੁਸੀਂ ਆਪਣਾ ਅਕਾਊਂਟ ਭੁੱਲ ਜਾਓ, ਫਿਰ ਨਹੀਂ ਹੋ ਜਾਏਗਾ। ਮੈਂ ਕੁਛ ਵੀਡੀਓਜ਼ ਯੂਟਿਊਬ 'ਤੇ ਦੇਖੀਆਂ, ਉੱਥੇ ਕੁਛ ਲੋਕ ਕਹਿ ਰਹੇ ਸੀ ਕਿ ਤੁਸੀਂ ਡਿਫਰੈਂਟ ਡਿਫਰੈਂਟ ਡਿਵਾਈਸਿਸ ਤੋਂ ਕਰੋ, ਅਤੇ ਮੈਂ ਕਿਹਾ ਸ਼ਾਇਦ ਹੋ ਸਕਦਾ, ਫਿਰ ਮੈਂ ਕਦੀ ਇਹਦੇ ਅਕਾਊਂਟ ਤੋਂ ਫੋਰਮ ਫਿਲ ਆਊਟ ਕਰ ਰਿਹਾ ਸੀ, ਕਦੀ ਮੇਰੇ ਫੋਨ ਤੋਂ ਫੋਰਮ ਫਿਲ ਆਊਟ ਕਰ ਰਿਹਾ ਸੀ, ਕਦੀ ਮੰਮਾ ਦੇ ਅਕਾਊਂਟ 'ਚੋਂ, ਮੰਮਾ ਦੇ ਫੋਨ 'ਚੋਂ ਫੋਨ ਫਿਲ ਆਊਟ ਕਰ ਰਿਹਾ ਸੀ, ਤਾਂ ਕਿ ਆਈ ਪੀ ਐਡਰੈਸਿਸ ਚੇਂਜ ਹੁੰਦੇ ਰਹਿਣ। ਉਸ ਤੋਂ ਬਾਅਦ ਕੀ ਹੋਇਆ ਕਿ 15 ਦਿਨ ਬਾਅਦ ਸਾਨੂੰ ਇੰਸਟਾਗ੍ਰਾਮ 'ਤੇ ਇੱਕ ਮੇਲ ਆਉਂਦੀ ਹੈ, ਪਹਿਲੀ ਵਾਰੀ 15 ਦਿਨ ਬਾਅਦ, ਕਿ ਤੁਸੀਂ ਆਪਣੀ ਆਈਡੈਂਟੀ ਪਰੂਫ ਕਰੋ ਕਿ ਇਹ ਜਿਹੜਾ ਅਕਾਊਂਟ ਇਹ ਤੁਹਾਡਾ ਹੀ ਹੈ। ਸੋ ਉਹਦੇ ਵਿੱਚ ਕੀ ਹੁੰਦਾ, ਉਹਨਾਂ ਨੇ ਇੱਕ ਕੋਡ ਈਮੇਲ ਦੇ ਵਿੱਚ ਦਿੱਤਾ ਹੁੰਦਾ ਹੈ, ਅਤੇ ਉਹ ਕੋਡ ਜਿਹੜਾ ਇੱਕ ਵਾਈਟ ਕਲਰ ਦੇ ਸ਼ੀਟ ਆਫ ਪੇਪਰ ਦੇ ਵਿੱਚ ਤੁਸੀਂ ਰੱਖਣਾ ਹੁੰਦਾ ਹੈ, ਅਤੇ ਵਾਈਟ ਸ਼ੀਟ ਆਫ ਪੇਪਰ ਦੇ ਵਿੱਚ ਉਹ ਰੱਖੋਗੇ ਅਗਰ ਤੁਸੀਂ, ਅਤੇ ਉਹਦੇ ਉੱਤੇ ਲਿਖਣਾ ਹੁੰਦਾ ਹੈਂਡ ਰਿਟਰਨ, ਲਿਖਣਾ ਹੁੰਦਾ ਹੈ ਆਪਣਾ ਨਾਮ, ਆਪਣੇ ਆਈ ਡੀ ਦਾ ਨਾਮ, ਅਤੇ ਉਹ ਜਿਹੜਾ ਕੋਡ ਤੁਹਾਨੂੰ ਈਮੇਲ ਦੇ ਵਿੱਚ ਆਇਆ ਉਹ ਲਿਖਣਾ ਹੁੰਦਾ ਹੈ, ਅਤੇ ਹੈਂਡ ਰਾਈਟ ਕਰਨਾ ਹੁੰਦਾ ਹੈ, ਅਤੇ ਉਹਨੂੰ ਦੋਨੋਂ ਹੱਥਾਂ, ਜਿੱਦਾਂ ਤੁਸੀਂ ਆ ਸਕਰੀਨ ਦੇ ਉੱਤੇ ਰਵਨੀਤ ਦੀ ਫੋਟੋ ਦੇਖ ਪਾ ਰਹੇ ਹਾਂ, ਇੱਦਾਂ ਫੜਨਾ ਹੁੰਦਾ ਦੋਨੋਂ ਹੱਥ ਤੁਹਾਡੇ ਸ਼ੀਟ ਦੇ ਉੱਪਰ, ਅਤੇ ਪੂਰਾ ਇੱਦਾਂ, ਅਤੇ ਮਤਲਬ ਵਧੀਆ ਲਾਈਟ ਦੇ ਵਿੱਚ ਫੋਟੋ ਖਿੱਚਣੀ ਹੁੰਦੀ ਹੈ।
ਵਾਸਤੇ ਕੁਛ ਰਿਸਪੌਂਸ ਨਹੀਂ ਆਉਂਦਾ ਪਿਆ ਸੀਗਾ ਅਤੇ ਆਪਾਂ ਨੂੰ ਵੀ ਇੱਦਾਂ ਵਿੱਚ ਵਿੱਚ ਹੋਪਸ ਸਾਨੂੰ ਸਾਡੀਆਂ ਉਹ ਹੋ ਰਹੀਆਂ ਸੀਗੀਆਂ ਕਿ ਨਹੀਂ ਯਾਰ ਲੱਗਦਾ ਸ਼ਾਇਦ ਨਹੀਂ ਵਾਪਸ ਆਏਗਾ ਬਟ ਇਹ ਪੂਰੀ ਕੌਨਫੀਡੈਂਸ ਸੀਗੀ ਨਹੀਂ ਵਾਪਸ ਆ ਜਾਏਗਾ ਵਿੱਚ ਇਹਨੇ ਮੈਨੂੰ ਇਹਨਾਂ ਵੀ ਕਹਿਣਾ ਸ਼ੁਰੂ ਕਰਤਾ ਕਿ ਵੀ ਨਹੀਂ ਇੱਦਾਂ ਨਹੀਂ ਹੈ ਇੱਦਾਂ ਕਰਦੇ ਹਾਂ ਆਪਾਂ ਕਿ ਇਹ ਜਿਹੜਾ ਇੱਕ ਨਵਾਂ ਅਕਾਊਂਟ ਬਣਾ ਲੈਂਦੇ ਹਾਂ ਤਾਂ ਕਿ ਕਿਉਂਕਿ ਜਿਹੜੀ ਤੁਸੀਂ ਆਡੀਅੰਸ ਇੰਨੇ ਟਾਈਮ ਤੋਂ ਬਿਲਡ ਕੀਤੀ ਹੁੰਦੀ ਹੈ ਉਹ ਕਿਤੇ ਤੁਹਾਨੂੰ ਭੁੱਲ ਨਾ ਜਾਵੇ ਕਿਉਂਕਿ ਤੁਸੀਂ ਇੱਕਦਮ ਦਿਖਣਾ ਬੰਦ ਹੋ ਜਾਓਗੇ ਅਤੇ ਉਹ ਫਿਰ ਕਈ ਵਾਰੀ ਇੱਦਾਂ ਹੁੰਦਾ ਹੈ ਅਤੇ ਮੈਨੂੰ ਬਸ ਇਹ ਸੀਗਾ ਕਿ ਕਿਤੇ ਸਾਡੀ ਆਡੀਅੰਸ ਸਾਨੂੰ ਭੁੱਲ ਨਾ ਜਾਵੇ ਇਸ ਕਰਕੇ ਅਸੀਂ ਇੱਕ ਨਵਾਂ ਅਕਾਊਂਟ ਕ੍ਰੀਏਟ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਅਸੀਂ ਕੁਛ ਨਾ ਕੁਛ ਐਸਾ ਪਾਉਂਦੇ ਰਹੀਏ ਕਿ ਸਭ ਨੂੰ ਲੱਗੇ ਕਿ ਹੈਗੇ ਆਪਾਂ ਸਾਡਾ ਬਸ ਅਕਾਊਂਟ ਡਿਸੇਬਲ ਹੋਇਆ ਅਸੀਂ ਹੈਗੇ ਹਾਂ ਬਟ ਇਹਦੇ 'ਚ ਕੀ ਹੈ ਕਿ ਜਿੰਨੇ ਵੀ ਸਾਡੇ ਫੈਨਸ ਜਾਂ ਚਾਹਣ ਵਾਲੇ ਸੀਗੇ ਜਿੰਨੇ ਵੀ ਸਾਨੂੰ ਪਸੰਦ ਕਰਨ ਵਾਲੇ ਆ ਉਹ ਸਾਨੂੰ ਭੁੱਲੇ ਨਹੀਂ ਉਹਨਾਂ ਨੇ ਸਾਨੂੰ ਸਾਡੇ ਪਰਸਨਲ ਅਕਾਊਂਟ ਦੇ ਵਿੱਚ ਮੈਸੇਜ ਕਰਨਾ ਸ਼ੁਰੂ ਕਰਤਾ ਕਿ ਵੀ ਤੁਹਾਡਾ ਦੈਟ ਕਪਲ ਦੋ ਅਕਾਊਂਟ ਤੁਸੀਂ ਕਿਉਂ ਬੰਦ ਕਰਤਾ ਤੁਸੀਂ ਉਹਨਾਂ ਨੂੰ ਲੱਗਦਾ ਪਿਆ ਸੀਗਾ ਸ਼ਾਇਦ ਸਾਡੇ 'ਚ ਕੋਈ ਗੱਲ ਹੋ ਗਈ ਹੈ ਕਿ ਯਾਰ ਸਾਡੀ ਵੀ ਲੜਾਈ ਹੋ ਗਈ ਹੈ ਅਤੇ ਆਪਾਂ ਕਿਉਂਕਿ ਅਸੀਂ ਅਕਾਊਂਟ ਦੇ ਬਾਰੇ ਪਾਈ ਵੀ ਨਹੀਂ ਸੀ ਕੋਈ ਸਟੋਰੀ ਕਿ ਸਾਡਾ ਅਕਾਊਂਟ ਡਿਸੇਬਲ ਹੋ ਗਿਆ ਜਾਂ ਕੁਛ ਕਿਉਂਕਿ ਸਾਨੂੰ ਇਹ ਸੀਗਾ ਕਿ ਆਜੂਗਾ ਦੋ ਤਿੰਨ ਦਿਨ ਤੱਕ ਵਾਪਸ ਆ ਜਾਏਗਾ ਬਟ ਐਸਾ ਨਹੀਂ ਹੋਇਆ ਇਸ ਕਰਕੇ ਫਿਰ ਫਾਈਨਲੀ ਮੈਨੂੰ ਪਾਉਣਾ ਹੀ ਪਿਆ ਕਿਉਂਕਿ ਮੇਰੇ ਨਾਲ ਕਾਫੀ ਜਣੇ ਜੁੜੇ ਹੋਏ ਸੀਗੇ ਅਤੇ ਮੈਂ ਫਿਰ ਉੱਥੇ ਪੋਸਟ ਕੀਤਾ ਕਿ ਨਹੀਂ ਸਾਡਾ ਅਕਾਊਂਟ ਡਿਸੇਬਲ ਹੋ ਚੁੱਕਾ ਆ ਅਤੇ ਆਈ ਹੋਪ ਉਹ ਜਲਦੀ ਵਾਪਸ ਆ ਜਾਏਗਾ ਅਤੇ ਫਿਰ ਆਪਾਂ ਦੁਬਾਰਾ ਉੱਦਾਂ ਹੀ ਕੰਟੀਨਿਊ ਕਰਾਂਗੇ ਹੁਣ 30 ਦਿਨ ਹੋ ਚੁੱਕੇ ਸੀਗੇ ਅਤੇ ਮੈਂ ਇਹਨੂੰ ਪਰ ਮੈਂ ਇਹਨੂੰ ਸਾਫ਼ ਮਨਾ ਕਰਤਾ ਸੀਗਾ ਕਿ ਆਪਾਂ ਨਵਾਂ ਅਕਾਊਂਟ ਨਹੀਂ ਬਣਾਵਾਂਗੇ ਕਿਉਂਕਿ ਇਹ ਇਹ ਅਗਰ ਅਕਾਊਂਟ ਇਹ ਵਾਪਸ ਨਹੀਂ ਆਇਆ ਤਾਂ ਦਿਸ ਵੁੱਡ ਬੀ ਦਾ ਐਂਡ ਆਫ ਦੈਟ ਕਪਲ ਲੋ ਅਤੇ ਆਪਾਂ ਨਵਾਂ ਅਕਾਊਂਟ ਨਹੀਂ ਕ੍ਰੀਏਟ ਕਰਾਂਗੇ ਬਿਲਕੁਲ ਅਤੇ ਮੈਂ ਮਤਲਬ ਸਰਟਨ ਸੀਗਾ ਕਿ ਹਾਂ ਮਤਲਬ ਮੈਨੂੰ ਪਹਿਲਾਂ ਸ਼ੱਕ ਵੀ ਸੀਗਾ ਕਿ ਯਾਰ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਵਾਪਸ ਬਟ ਮੈਂ ਇੱਦਾਂ ਸ਼ੋ ਕਰਦਾ ਸੀਗਾ ਸਾਰਿਆਂ ਨੂੰ ਆਪਾਂ ਵਾਪਸ ਲੈ ਕੇ ਰਹਿਣਾ ਹੈ ਆਪਾਂ ਅਕਾਊਂਟ ਵਾਪਸ ਲੈ ਕੇ ਰਹਿਣਾ ਹੈ ਅਤੇ ਮੇਰੇ ਇੱਕ ਆਦਤ ਹੈ ਕਿ ਜਦੋਂ ਮੈਂ ਕੁਛ ਠਾਣ ਲੈਂਦਾ ਫਿਰ ਮੈਂ ਕਰਦਾ ਹੀ ਹੁੰਦਾ ਸਾਨੂੰ ਆਪਾਂ ਸਰਟਨ ਸੀਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਕਾਪੀਰਾਈਟ ਨੂੰ ਇਨਫਰਿੰਜ ਕੀਤਾ ਹੈ ਅਤੇ ਸਾਨੂੰ ਪਤਾ ਸੀਗਾ ਆਪਾਂ ਕਾਪੀਰਾਈਟ ਇਨਫਰਿੰਜ ਨਹੀਂ ਕੀਤੀ ਹੈ ਅਤੇ ਤੁਸੀਂ ਚੈੱਕ ਕਰੋ ਤੁਹਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਚੈੱਕ ਕਰੋ ਕਿ ਤੁਹਾਡਾ ਅਕਾਊਂਟ ਡਿਸੇਬਲ ਹੋਣ ਦਾ ਰੀਜ਼ਨ ਕੀ ਸੀਗਾ ਕਿਉਂਕਿ ਡਿਸੇਬਲ ਹੋਣ ਦੇ ਰੀਜ਼ਨ ਬਹੁਤ ਸਾਰੇ ਹੋ ਸਕਦੇ ਆ ਮੇ ਬੀ ਹੋ ਸਕਦਾ ਕਿ ਜ਼ਿਆਦਾਤਰ ਜਿਹੜੇ ਇੰਸਟਾਗ੍ਰਾਮ ਅਕਾਊਂਟਸ ਜਿਹੜੇ ਆ ਡਿਸੇਬਲ ਇਸ ਕਰਕੇ ਹੁੰਦੇ ਕਿਉਂਕਿ ਉਹ ਫੇਕ ਫੋਲੋਅਰਸ ਲੈਂਦੇ ਆ ਫੇਕ ਲਾਈਕਸ ਲੈਂਦੇ ਆ ਜਾਂ ਫੇਕ ਫੇਕ ਮਤਲਬ ਫੇਕ ਜਿਹੜੀ ਆ ਉਹ ਪ੍ਰੋਫਾਈਲ ਵਿਜ਼ਿਟਸ ਕਰਵਾਉਂਦੇ ਆ ਅਤੇ ਉਹਦੇ ਕਰਕੇ ਕੀ ਹੈ ਕਿ ਅਕਾਊਂਟ ਜਿਹੜਾ ਉਹ ਡਿਸੇਬਲ ਹੋ ਜਾਂਦਾ ਉਹ ਕਈ ਵਾਰੀ ਕੀ ਹੁੰਦਾ ਅਕਾਊਂਟ ਹੈਕ ਹੋ ਗਿਆ ਹੁੰਦਾ ਕਿ ਅਤੇ ਤੁਹਾਡੀ ਆਈਡੈਂਟੀ ਨੂੰ ਬਚਾਉਣ ਲਈ ਇੰਸਟਾਗ੍ਰਾਮ ਅਕਾਊਂਟ ਡਿਸੇਬਲ ਕਰ ਦਿੰਦਾ ਅਤੇ ਇਹ ਵੀ ਇੱਕ ਵਜ੍ਹਾ ਹੁੰਦੀ ਹੈ ਅਕਾਊਂਟ ਦੇ ਡਿਸੇਬਲ ਹੋਣ ਦੀ ਪਰ ਇਹ ਤੁਹਾਨੂੰ ਪਹਿਚਾਣਨਾ ਪੈਣਾ ਕਿ ਤੁਹਾਡਾ ਅਕਾਊਂਟ ਦੇ ਡਿਸੇਬਲ ਹੋਣ ਦਾ ਕਾਰਨ ਕੀ ਹੈ ਅਤੇ ਹਮੇਸ਼ਾ ਤੁਹਾਨੂੰ ਜਿਹੜਾ ਤੁਹਾਡੇ ਅਕਾਊਂਟ ਦੇ ਨਾਲ ਈਮੇਲ ਆਇਆ ਹੋਊਗਾ ਜਿਹੜਾ ਈਮੇਲ ਜਿਹੜਾ ਆ ਉਹਦੇ ਵਿੱਚ ਹਮੇਸ਼ਾ ਮੇਲ ਆਏਗੀ ਤੁਹਾਨੂੰ ਇੰਸਟਾਗ੍ਰਾਮ ਦੱਸੇਗਾ ਕਿ ਤੁਹਾਡਾ ਅਕਾਊਂਟ ਡਿਸੇਬਲ ਹੋ ਗਿਆ ਅਤੇ ਕਿਉਂ ਹੋਇਆ ਹੈ ਅਤੇ ਜੋ ਚੀਜ਼ਾਂ ਸਾਡਾ ਫੇਸਬੁੱਕ ਅਕਾਊਂਟ ਵੀ ਸੇਮ ਸੀਗਾ ਜੋ ਚੀਜ਼ਾਂ ਆਪਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੇ ਸੀ ਉਹੀ ਚੀਜ਼ਾਂ ਆਪਾਂ ਫੇਸਬੁੱਕ 'ਤੇ ਵੀ ਸ਼ੇਅਰ ਕਰ ਰਹੇ ਸੀ ਅਤੇ ਫਿਰ ਇੱਕ ਆਪਾਂ ਯੂਟਿਊਬ ਵੀਡੀਓ ਦੇਖੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਫੇਸਬੁੱਕ ਨੂੰ ਮੇਲ ਕਰੋ ਜਾਂ ਫੇਸਬੁੱਕ ਦੇ ਹੈਲਪ ਸੈਂਟਰ 'ਤੇ ਕਰੋ ਗੱਲ ਕਿ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਨੂੰ ਇੱਦਾਂ ਕਿਉਂ ਹੋਇਆ ਕਿਉਂਕਿ ਇਹ ਦੋਨੋਂ ਆਪਸ 'ਚ ਲਿੰਕਡ ਹੈਗੇ ਆ ਕਿਉਂਕਿ ਆਪਾਂ ਇੱਕ ਅਫੀਸ਼ੀਅਲ ਕੰਟੈਂਟ ਕ੍ਰੀਏਟਰ ਹੈਗੇ ਹਾਂ ਸੋ ਸਾਨੂੰ ਫੇਸਬੁੱਕ ਪ੍ਰੋਵਾਈਡ ਕਰਦਾ ਆ ਕਿ ਆਪਾਂ ਕਿਉਂਕਿ ਇੰਸਟਾਗ੍ਰਾਮ ਫੇਸਬੁੱਕ ਦੀ ਕੰਪਨੀ ਆ ਅਤੇ ਆਪਾਂ ਸੋਚਿਆ ਕਿ ਆਪਾਂ ਫੇਸਬੁੱਕ ਨੂੰ ਕਰਦੇ ਹਾਂ ਗੱਲ ਅਤੇ ਆਪਾਂ ਮੈਟਾ ਦੇ ਵਿੱਚ ਜਾ ਕੇ ਕਸਟਮਰ ਸਰਵਿਸ ਦੇ ਵਿੱਚ ਉਹਨਾਂ ਨਾਲ ਮੈਂ ਚੈਟ ਕੀਤ ਕਰਦਾ ਪਿਆ ਸੀਗਾ ਤਾਂ ਉਹ ਕਹਿੰਦਾ ਮੈਂ ਉਹਨੇ ਜਦੋਂ ਮੇਰੀ ਗੱਲ ਹੋਈ ਇਹ ਚੀਜ਼ ਕਰਨ ਦਾ ਵੈਸੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਜਦੋਂ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਇੰਸਟਾਗ੍ਰਾਮ ਜਿਹੜਾ ਆ ਉਹ ਇੰਸਟਾਗ੍ਰਾਮ ਦੀ ਟੀਮ ਹੀ ਦੇਖਦੀ ਹੈ ਫੇਸਬੁੱਕ ਜਿਹੜਾ ਆ ਉਹ ਫੇਸਬੁੱਕ ਦੀ ਟੀਮ ਹੀ ਦੇਖਦੀ ਹੈ ਦੋਨੋਂ ਆਪਸ 'ਚ ਇੰਟਰਕਨੈਕਟਡ ਨਹੀਂ ਹੈਗੇ ਅਤੇ ਆਪਾਂ ਅਗਰ ਤੁਹਾਡਾ ਅਕਾਊਂਟ ਡਿਸੇਬਲ ਹੋ ਗਿਆ ਇਹਦੇ ਵਿੱਚ ਆਪਾਂ ਕੁਛ ਨਹੀਂ ਕਰ ਸਕਦੇ ਉਹਨਾਂ ਨੇ ਸਾਫ਼ ਹੀ ਨਾ ਦੱਸੀ ਨਹੀਂ ਅਤੇ ਆਪਾਂ ਮੈਂ ਕਿਹਾ ਚਲੋ ਫਿਰ ਹੁਣ ਲੀਗਲਿਟੀ 'ਚ ਪੈਣਾ ਪੈਣਾ ਕਿਉਂਕਿ ਮੈਂ ਪੂਰਾ ਸ਼ੋਰ ਸੀਗਾ ਕਿ ਵੀ ਮੈਂ ਕਿਸੇ ਵੀ ਤਰ੍ਹਾਂ ਦਾ ਆਪਾਂ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜਿਹੜਾ ਆ ਉਹ ਇਨਫਰੈਂਸ ਨਹੀਂ ਕੀਤਾ ਕਿਉਂਕਿ ਜੋ ਆਪਾਂ ਪੋਸਟ ਇੰਸਟਾਗ੍ਰਾਮ 'ਤੇ ਕਰ ਰਹੇ ਹੋ ਫੇਸਬੁੱਕ 'ਤੇ ਕਰ ਰਹੇ ਤਾਂ ਫੇਸਬੁੱਕ ਦਾ ਜਿਹੜਾ ਅਕਾਊਂਟ ਹੈਗਾ ਉਹ ਹੈਗਾ ਆ ਬਟ ਇੰਸਟਾਗ੍ਰਾਮ ਦਾ ਅਕਾਊਂਟ ਡਿਸੇਬਲ ਹੋ ਗਿਆ ਕਿਉਂਕਿ ਅਗਰ ਹੋਣਾ ਚਾਹੀਦਾ ਤਾਂ ਪੋਲਿਸੀ ਦੋਨਾਂ ਦੀ ਸੇਮ ਹੈ ਅਤੇ ਦੋਨੋਂ ਹੋਣੇ ਚਾਹੀਦੇ ਅਗਰ ਆਪਾਂ ਇੱਦਾਂ ਦਾ ਕੁਛ ਇਨਫਰੈਂਸ ਕੀਤਾ ਹੈ ਅਤੇ ਇੱਦਾਂ ਨਹੀਂ ਹੋਇਆ ਸੋ ਮੈਂ ਆਪਣੇ ਲੋਇਰ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਆਪਾਂ ਇੱਕ ਫੋਰਮਲ ਈਮੇਲ ਬਣਾਉਂਦੇ ਹਾਂ ਗ੍ਰੀਵੈਂਸ ਆਫਿਸਰ ਇੰਡੀਆ ਨੂੰ ਗ੍ਰੀਵੈਂਸ ਆਫਿਸਰ ਕੀ ਹੁੰਦਾ ਆ ਇੰਡੀਆ ਨੇ ਇੰਡੀਆ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਇੱਕ ਲਾਅ ਪਾਸ ਕੀਤਾ ਸੀਗਾ ਜਿਹਦੇ ਵਿੱਚ ਜਿੰਨੀਆਂ ਵੀ ਆਈ ਟੀ ਕੰਪਨੀਜ਼ ਹੈਗੀਆਂ ਆ ਉਹਨਾਂ ਨੂੰ ਇੱਕ ਗ੍ਰੀਵੈਂਸ ਆਫਿਸਰ ਇੰਡੀਆ ਦੇ ਵਿੱਚ ਬਿਠਾਉਣਾ ਹੀ ਪੈਣਾ ਹੈ ਅਤੇ ਉਹ ਹਜੇ ਨਵਾਂ ਨਵਾਂ ਹੋਇਆ ਸੀਗਾ ਅਤੇ ਬਾਈ ਚਾਂਸ ਸਾਡੇ ਨਾਲ ਕੰਮ ਹੋ ਗਿਆ ਤਾਂ ਇੱਕ ਐਫ ਬੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੇ ਉਹ ਲਿੰਕ ਦੇ ਦੂੰਗਾ ਉਹਨਾਂ ਦਾ ਐਡਰੈਸ ਅਤੇ ਉਹਨਾਂ ਦਾ ਨਾਮ ਅਤੇ ਉਹਨਾਂ ਦਾ ਈਮੇਲ ਆਈ ਡੀ ਜਿਹੜੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹਾਂ ਅਤੇ ਮੈਂ ਉਹਨਾਂ ਨੂੰ ਇੱਕ ਫੋਰਮਲ ਈਮੇਲ ਬਣਾ ਕੇ ਭੇਜੀ ਅਤੇ
ਇਸ ਦੌਰਾਨ ਆਪਾਂ ਚਲੇ ਗਏ ਹਿਮਾਚਲ। ਹੁਣ ਇਹ ਜਿਹੜਾ ਟਾਈਮ ਹੋਇਆ ਇਹਨੂੰ ਮਤਲਬ ਕਹਿ ਲਓ ਹੁਣ 60 ਦਿਨ ਆਲਮੋਸਟ ਹੋ ਚੁੱਕੇ ਸੀਗੇ ਕਿ ਇਹ 60 ਦਿਨ ਦਾ ਪ੍ਰੋਸੈਸ ਹੋ ਚੁੱਕਾ ਸੀਗਾ, 60 ਦਿਨ ਆਲਮੋਸਟ ਸਾਡੇ ਅਕਾਊਂਟ ਨੂੰ ਬੈਨ ਹੋਏ ਹੁੰਦੇ ਸੀ। ਅਤੇ ਮੈਂ ਬੈਠਾ ਇੱਦਾਂ ਹੀ ਆਪਾਂ ਬੈਠੇ ਹੋਏ ਸੀਗੇ, ਮਤਲਬ ਕਿ ਆਪਾਂ ਮੈਂ ਮਤਲਬ ਅਰਲੀ ਮੋਰਨਿੰਗ ਮੈਂ ਉੱਠਿਆ ਜਲਦੀ ਅਤੇ ਮੈਂ ਵਾਸ਼ਰੂਮ ਗਿਆ। ਮੇਰੀ ਆਦਤ ਹੈ ਮੈਂ ਮੇਲ ਚੈੱਕ ਕਰਦਾ ਹੁੰਦਾ, ਮੇਲ ਆਈ ਹੋਈ ਸੀਗੀ ਕਿ ਇੰਸਟਾਗ੍ਰਾਮ ਵੱਲੋਂ ਮੇਲ ਆਈ ਹੋਈ ਸੀ, ਯੋਰ ਅਕਾਊਂਟ ਵਾਸ ਡਿਸੇਬਲਡ ਬਾਏ ਮਿਸਟੇਕ, ਵੀ ਹੈਵ ਰੀਐਕਟੀਵੇਟਿਡ ਯੋਰ ਅਕਾਊਂਟ। ਆਹ ਜਿਹੜੀ ਤੁਸੀਂ ਸਕਰੀਨ 'ਤੇ ਮੇਲ ਦੇਖ ਰਹੇ ਹੋ ਇਹ ਮੇਲ ਮੈਨੂੰ ਆਈ ਹੋਈ ਸੀ ਅਤੇ ਮੈਂ ਬੜਾ ਖੁਸ਼, ਮੈਂ ਇੱਕਦਮ ਬਾਹਰ ਆਇਆ। ਮੈਂ ਇਹ ਸੁੱਤੀ ਪਈ ਸੀ, ਅੱਧੀ ਸੁੱਤੀ ਪਈ, ਮੈਂ ਕਿਹਾ ਉੱਠੋ 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 ਉੱਠੋ, ਕਹਿੰਦੀ ਕੀ ਹੋਇਆ ਕੀ ਹੋਇਆ, ਮੈਂ ਕਿਹਾ ਅਕਾਊਂਟ ਵਾਪਸ ਆ ਗਿਆ, ਇਹ ਅੱਧੀ ਦੀ ਕਰਕੇ ਉੱਠੀ। ਪਰ ਆਪਾਂ ਬਹੁਤ ਖੁਸ਼ ਹੈ, ਬਟ ਇੱਕ ਸਾਡੇ 'ਚ ਗੁੱਸਾ ਵੀ ਸੀਗਾ ਕਿ ਯਾਰ ਇਹਨਾਂ ਨੇ ਸਾਡਾ ਇੰਗੇਜਮੈਂਟ ਮਾਰਤੀ ਬਿਲਕੁਲ ਹੀ ਸਾਡੇ ਅਕਾਊਂਟ ਦੀ, ਕਿਉਂਕਿ 2 ਮਹੀਨੇ ਤੱਕ ਜਿਹੜਾ ਆ ਸਾਡਾ ਅਕਾਊਂਟ ਬੰਦ ਰਿਹਾ। ਅਤੇ ਜਿਹੜੀ ਇੰਗੇਜਮੈਂਟ ਹੁੰਦੀ ਆ, ਜਿੱਦਾਂ ਜੋ ਲੋਕ ਇੰਗੇਜ ਕਰਦੇ ਸਾਡੇ ਅਕਾਊਂਟ ਦੇ ਨਾਲ, ਲਾਈਕ ਕਮੈਂਟ ਸ਼ੇਅਰ ਜੋ ਵੀ ਹੁੰਦਾ ਆ, ਉਹਨੂੰ ਇੰਗੇਜਮੈਂਟ ਕਹੀਦਾ ਹੈ, ਅਤੇ ਉਹ ਬਿਲਕੁਲ ਜ਼ੀਰੋ ਹੋ ਗਈ। ਅਤੇ ਉਹ ਵੀ ਅਨਨੈਸੈਸਰੀ ਕਿ ਸਾਡੀ ਕੋਈ ਗਲਤੀ ਵੀ ਨਹੀਂ। ਅਤੇ ਹੁਣ ਤੁਸੀਂ ਈਮੇਲ ਭੇਜ ਰਹੇ ਹੋ ਕਿ ਵੀ ਦਿਸ ਵਾਜ਼ ਅ ਮਿਸਟੇਕ ਐਂਡ ਵੀ ਹੈਵ ਰੀਐਕਟੀਵੇਟਿਡ ਯੋਰ ਅਕਾਊਂਟ। ਅਤੇ ਇਹ ਸੀਗਾ, ਸੋ ਇਹ ਸੀਗੀ ਸਾਡੀ ਸਟੋਰੀ ਕਿ ਸਾਡੇ ਕੇਸ ਦੇ ਵਿੱਚ ਕੀ ਹੋਇਆ। ਅੱਛਾ, ਇਸ ਦੌਰਾਨ ਜੋ ਡਿਸੇਬਲ ਹੋਇਆ ਦਾ ਟਰਮ ਸੀਗਾ 60 ਦਿਨਾਂ ਦੇ ਵਿੱਚ, ਸਾਡੇ ਹੋਰ 2 ਅਕਾਊਂਟ ਹੈਗੇ ਆ, ਇੱਕ ਮੇਰਾ ਪਰਸਨਲ ਅਕਾਊਂਟ ਜੋ ਮੇਰੇ ਨਾਮ 'ਤੇ ਸੀਗਾ, ਇੱਕ ਹੋਰ ਸਾਡਾ ਅਕਾਊਂਟ ਹੈਗਾ ਆ, ਉਹ ਸਾਡਾ ਇੱਕ ਬ੍ਰਾਂਡ ਅਕਾਊਂਟ ਆ, ਅਤੇ ਉਹ ਵੀ ਡਿਸੇਬਲ ਹੋ ਗਿਆ। ਮੇਰਾ ਪਰਸਨਲ ਅਕਾਊਂਟ, ਉਹ ਵੀ ਡਿਸੇਬਲ ਹੋ ਗਿਆ। ਦੈਟ ਕਪਲ ਤੋਂ ਵਾਪਸ ਆ ਚੁੱਕਾ ਆ, ਹਜੇ ਤੱਕ ਵੀ ਹੁਣ ਮੇਰੇ ਖਿਆਲ ਨਾਲ 90 ਦਿਨ ਤੋਂ ਹੋ ਗਏ, ਹੁਣ 90 ਦਿਨ ਤੋਂ ਜ਼ਿਆਦਾ ਹੀ ਹੋ ਗਏ ਆ, 6 ਮਹੀਨੇ ਦਾ ਆਸ ਪਾਸ ਹੋ ਗਿਆ ਟਾਈਮ, ਅਤੇ ਮੇਰੇ ਉਹ ਦੋਨੋਂ ਅਕਾਊਂਟ ਵਾਪਸ ਨਹੀਂ ਹੈ। ਬਟ ਦੈਟ ਕਪਲ ਤੋਂ ਸ਼ੁਕਰ ਆ ਰੱਬ ਦਾ ਵਾਪਸ ਆ ਗਿਆ ਹੈ, ਕਿਉਂਕਿ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਟਾਈਮ ਵੀ ਇਨਵੋਲਵ ਕੀਤਾ ਹੋਇਆ। ਅਤੇ ਸਭ ਤੋਂ ਜ਼ਿਆਦਾ ਦੁੱਖ ਸੀਗਾ ਮੈਮਰੀਜ਼ ਦਾ, ਜੋ ਮੈਮਰੀਜ਼ ਸਾਡੀਆਂ ਚਲੀ ਗਈਆਂ, ਕਿਉਂਕਿ ਇਹ ਸਿਰਫ ਦੁੱਖ ਸੀਗਾ ਕਿ ਆਪਾਂ ਤੁਹਾਡੇ ਨਾਲ ਨਹੀਂ ਇੰਟਰੈਕਟ ਕਰ ਪਾ ਰਹੇ, ਆਪਾਂ ਆਪਣੀ ਕ੍ਰੀਏਟੀਵਿਟੀ ਨਹੀਂ ਦਿਖਾ ਪਾ ਰਹੇ, ਆਪਾਂ ਆਪਣੇ ਸਭ ਤੋਂ ਦੁੱਖ ਜ਼ਿਆਦਾ ਇਹ ਸੀਗਾ ਕਿ ਜੋ ਸਾਡੀ ਮੈਮਰੀਜ਼ ਸੀਗੀਆਂ ਸਾਡੇ ਵਿਆਹ ਤੋਂ ਪਹਿਲਾਂ ਦੀਆਂ, ਸਾਡੀਆਂ ਮੈਮਰੀਜ਼ ਇਸ ਅਕਾਊਂਟ ਦੇ ਵਿੱਚ ਹੈਗੀਆਂ ਵਿਦ ਤੁਹਾਡੇ ਸਾਰਿਆਂ ਨਾਲ, ਸਾਡੇ ਦੋਨਾਂ ਦੀਆਂ, ਆਪਾਂ ਕਿਤੇ ਕਿਤੇ ਘੁੰਮਣ ਗਏ ਉੱਧਰ ਦੀਆਂ, ਸਹਿਨੂਰ ਦੀਆਂ, ਬਹੁਤ ਸਾਰੀਆਂ ਮੈਮਰੀਜ਼ ਜੁੜੀਆਂ ਹੋਈਆਂ। ਅਤੇ ਬਾਕੀ ਇਹ ਸੀਗੀ ਸਾਡੇ ਵੱਲ ਦੀ ਸਟੋਰੀ ਕਿ ਸਾਡੇ ਨਾਲ ਕੀ ਕੀ ਹੋਇਆ ਅਤੇ ਆਪਾਂ ਮਤਲਬ ਕੀ ਕੀਤਾ ਆਪਣੇ ਐਂਡ ਦੇ ਵਿੱਚ। ਬਟ ਬੜੇ ਸਾਰੇ ਜਣੇ ਮੈਸੇਜਿਸ ਕਰਦੇ ਸੀ ਉਦੋਂ ਕਿ ਆਪਾਂ ਗੁਰਦੁਆਰੇ ਗਏ, ਆਪਾਂ ਪ੍ਰੇ ਕੀਤੀ ਤੁਹਾਡਾ ਅਕਾਊਂਟ ਵਾਪਸ ਆ ਜਾਏ, ਉਹ ਸਾਰਿਆਂ ਦਾ ਦਿਲੋਂ ਥੈਂਕ ਯੂ। ਸਾਡੇ ਮੰਮਾ ਨੇ ਕੀ ਕੀਤਾ, ਸੁਖਨਾ ਸੁਖਤੀ ਕਿ ਅਕਾਊਂਟ ਵਾਪਸ ਆ ਜਾਏ, ਅਤੇ ਫਿਰ ਆਪਾਂ ਪ੍ਰਸ਼ਾਦ ਚੜਾਵਾਂਗੇ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ, ਅਤੇ ਫਾਈਨਲੀ ਉਹ ਕੰਮ ਹੋ ਗਿਆ। ਹੁਣ ਇਹ ਆਪਾਂ ਗੱਲ ਕਰਦੇ ਹਾਂ ਸੋਲਿਊਸ਼ਨਸ ਬਾਰੇ ਕਿ ਤੁਸੀਂ ਕੀ ਕਰ ਸਕਦੇ ਹੋ, ਮੇਨ ਥਿੰਗ, ਹਾਂ, ਕਿ ਤੁਸੀਂ ਜਿਸ ਲਈ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਕਿ ਤੁਹਾਡਾ ਅਕਾਊਂਟ ਜਿਹੜਾ ਆ ਉਹ ਵਾਪਸ ਆ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸੂਗਾ ਕਿ ਇੰਸਟਾਗ੍ਰਾਮ ਦੀਆਂ ਜਿਹੜੀਆਂ ਪੋਲਿਸੀਜ਼ ਆ ਉਹ ਲਗਾਤਾਰ ਚੇਂਜ ਹੁੰਦੀਆਂ ਰਹਿੰਦੀਆਂ ਹੈ, ਅਤੇ ਇਹ ਅਕਾਊਂਟ ਡਿਸੇਬਲਿੰਗ ਕਿਸੇ ਦੇ ਨਾਲ ਵੀ ਹੋ ਸਕਦੀ ਆ, ਅਨਲੈਸ ਔਰ ਅੰਟਿਲ ਤੁਹਾਡਾ ਅਕਾਊਂਟ ਪ੍ਰਾਈਵੇਟ ਨਾ ਹੋਵੇ। ਅਗਰ ਤੁਹਾਡਾ ਅਕਾਊਂਟ ਪ੍ਰਾਈਵੇਟ ਹੈ ਤਾਂ ਬਹੁਤ ਘੱਟ ਚਾਂਸਿਸ ਹੈ ਕਿ ਤੁਹਾਡਾ ਅਕਾਊਂਟ ਡਿਸੇਬਲ ਹੋਏਗਾ, ਬਟ ਅਗਰ ਤੁਹਾਡਾ ਅਕਾਊਂਟ ਪਬਲਿਕ ਆ ਅਤੇ ਤੁਹਾਡਾ ਅਕਾਊਂਟ ਹੋ ਸਕਦਾ ਆ ਡਿਸੇਬਲ ਹੋਣ ਦੇ ਚਾਂਸਿਸ ਹੈਗੇ ਆ, ਕਿਉਂਕਿ ਸਾਡਾ ਅਕਾਊਂਟ ਵੀ ਜਿਹੜਾ ਸੀਗਾ, ਉਹ ਅਨਨੈਸੈਸਰੀ ਡਿਸੇਬਲ ਹੋਇਆ ਸੀਗਾ, ਐਸਾ ਕੋਈ ਉਹਦੇ ਵਿੱਚ ਵਜ੍ਹਾ ਨਹੀਂ ਸੀ ਕਿ ਅਕਾਊਂਟ ਇੱਦਾਂ ਡਿਸੇਬਲ ਹੋ ਗਿਆ। ਸਭ ਤੋਂ ਜ਼ਿਆਦਾ ਡਿਸੇਬਲ ਹੋਣ ਵਾਲੇ ਚੈਨਲ ਉਹ ਆ ਕਿ ਜਿਹੜੇ ਲਾਈਕ ਸ਼ੇਅਰ ਲਾਈਕਸ ਅਤੇ ਫੋਲੋਅਰਸ ਫੇਕ ਕਰਾਉਂਦੇ ਆ ਆਪਣੇ ਅਕਾਊਂਟ ਦੇ ਵਿੱਚ, ਅਤੇ ਉਹ ਇੰਸਟਾਗ੍ਰਾਮ ਅਕਾਊਂਟ ਡਿਸੇਬਲ ਕਰਦਾ ਹੀ ਕਰਦਾ ਹੈ। ਦੂਜੇ ਜਿਹੜੇ ਪੋਰਨੋਗ੍ਰਾਫਿਕ ਮਟੀਰੀਅਲ ਜਾਂ ਐਸਾ ਮਟੀਰੀਅਲ ਜੋ ਇੰਸਟਾਗ੍ਰਾਮ ਦੇ ਉੱਤੇ ਬੈਨ ਆ, ਉਹ ਵਾਲੇ ਚੀਜ਼ਾਂ ਸ਼ੇਅਰ ਕਰਦੇ ਆ ਭਾਵੇਂ DM ਦੇ ਵਿੱਚ ਵੀ, ਅਗਰ ਤੁਸੀਂ ਉਹ ਚੀਜ਼ਾਂ ਸ਼ੇਅਰ ਕਰੋਗੇ ਤੁਹਾਡਾ ਅਕਾਊਂਟ ਡਿਸੇਬਲ ਹੋ ਜਾਏਗਾ। ਤੀਸਰਾ ਕਿ ਮਤਲਬ ਕਿਸ ਕਿਸ ਚੀਜ਼ਾਂ ਤੋਂ ਤੁਸੀਂ ਬਚਣਾ ਆ ਅਗਰ ਅਕਾਊਂਟ ਤੁਹਾਡਾ ਡਿਸੇਬਲ ਨਹੀਂ ਹੈ। ਅਤੇ ਤੀਸਰਾ ਕਿ ਤੁਸੀਂ ਬਿਜ਼ਨਸ ਅਕਾਊਂਟਸ ਆਪਣਾ, ਅਗਰ ਤੁਸੀਂ ਇੱਕ ਬਿਜ਼ਨਸ ਅਕਾਊਂਟ ਚਲਾ ਰਹੇ ਹੋ, ਮਤਲਬ ਅਗਰ ਤੁਸੀਂ ਕੋਈ ਸ਼ੋਪ 'ਤੇ ਇੰਸਟਾਗ੍ਰਾਮ ਸ਼ੋਪ ਚਲਾ ਰਹੇ ਹਾਂ ਕਿ ਤੁਸੀਂ ਜਿੱਦਾਂ ਸੂਟਸ ਦਾ ਕੰਮ ਕਰ ਰਹੇ ਹਾਂ, ਕਿਸੇ ਗੁਡੀਜ਼ ਦਾ ਕੰਮ ਕਰ ਰਹੇ ਹਾਂ, ਜੋ ਤੁਸੀਂ ਇੰਸਟਾਗ੍ਰਾਮ 'ਤੇ ਸੇਲ ਆਊਟ ਕਰਦੇ ਹਾਂ, ਅਤੇ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਇੰਸਟਾਗ੍ਰਾਮ ਜਿਹੜਾ ਆ ਉਹ 3 ਤਰ੍ਹਾਂ ਦੇ ਅਕਾਊਂਟਸ ਜਿਹੜੇ ਆਫਰ ਕਰਦਾ ਹੈ। ਅਗਰ ਤਾਂ ਤੁਸੀਂ ਆਪਣੇ ਪਰਸਨਲ ਯੂਜ਼ ਦੇ ਅਕਾਊਂਟ ਚਲਾ ਰਹੇ ਤਾਂ ਉਹਨੂੰ ਪਰਸਨਲ ਅਕਾਊਂਟ ਰੱਖੋ, ਠੀਕ ਹੈ, ਚਾਹੇ ਉਹਨੂੰ ਪ੍ਰਾਈਵੇਟ ਰੱਖੋ, ਪਬਲਿਕ ਰੱਖੋ, ਤੁਹਾਡੀ ਮਰਜ਼ੀ ਆ, ਬਟ ਉਹਨੂੰ ਪਰਸਨਲ ਅਕਾਊਂਟ ਰੱਖੋ। ਅਗਰ ਤੁਸੀਂ ਇੱਕ ਕੰਟੈਂਟ ਕ੍ਰੀਏਟਰ ਹੈਗੇ ਆ ਤਾਂ ਤੁਸੀਂ ਉਹਨੂੰ ਕ੍ਰੀਏਟਰ ਅਕਾਊਂਟ ਬਣਾਓ। ਸੇਲ ਕਰ ਰਹੇ ਹਾਂ, ਸੇਲ ਆਪਣੀ ਚੀਜ਼ਾਂ ਨੂੰ ਸੇਲ ਕਰ ਰਹੇ ਹਾਂ, ਕਮਰਸ਼ੀਅਲ ਯੂਜ਼ ਕਰ ਰਹੇ ਹਾਂ, ਤਾਂ ਤੁਸੀਂ ਉਹਨੂੰ ਬਿਜ਼ਨਸ ਅਕਾਊਂਟ ਬਣਾਓ। ਅਤੇ ਹਰ ਇੱਕ ਕੰਟੈਂਟ ਕ੍ਰੀਏਟਰ ਜਾਂ ਜਿਸ ਤੋਂ ਵੀ ਤੁਸੀਂ ਕੋਲੈਬੋਰੇਸ਼ਨ ਕਰਾ ਰਹੇ ਹੋ, ਉਹਨਾਂ ਕੋਲ ਪੇਡ ਕੋਲੈਬੋਰੇਸ਼ਨ ਦਾ ਟੈਗ ਲਓ, ਚਾਹੇ ਤੁਸੀਂ ਉਹਨਾਂ ਨੂੰ ਸਮਾਨ ਭੇਜਿਆ ਹੋਵੇ ਜਾਂ ਪੈਸੇ ਦਿੱਤੇ ਹੋਣ, ਤੁਸੀਂ ਉਹਨਾਂ ਕੋਲ ਪੇਡ ਕੋਲੈਬੋਰੇਸ਼ਨ ਦਾ ਟੈਗ ਲਓਗੇ, ਕਿਉਂਕਿ ਉਹ ਕ੍ਰੀਏਟਰ ਲਈ ਵੀ ਠੀਕ ਆ ਅਤੇ ਤੁਹਾਡੇ ਲਈ ਵੀ ਠੀਕ ਆ, ਠੀਕ ਹੈ। ਡਿਸਕ੍ਰਿਪਸ਼ਨ ਦੇ ਵਿੱਚ ਮੈਂ 2 ਅਪੀਲ ਫੋਰਮਸ ਜਿਹੜੇ ਆ ਉਹ ਪਾਏ ਹੋਏ ਆ, ਉਹ ਦੋਨੋਂ ਅਪੀਲ ਫੋਰਮਸ ਦੇ ਵਿੱਚ ਤੁਸੀਂ ਜਾ ਕੇ ਜਿਹੜੇ ਆ ਅਪੀਲ ਫੋਰਮ ਭਰ ਸਕਦੇ ਆ।
ਦੋਨੋਂ ਅਪੀਲ ਫਾਰਮਸ ਅਗਰ ਤੁਸੀਂ ਭਰ ਦੋਗੇ ਤਾਂ ਹੋਪਫੁਲੀ ਤੁਹਾਨੂੰ ਈਮੇਲ ਜਿਹੜਾ ਉਹ ਆਏਗਾ। ਤੀਸਰੀ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜਿਹੜਾ ਤੁਸੀਂ ਫਾਰਮ ਫਿਲ ਕਰਨਾ ਆ ਉਹ ਦਿਨ 'ਚ ਸਿਰਫ ਇੱਕ ਵਾਰੀ ਕਰਨਾ ਆ, ਬਾਰ ਬਾਰ ਨਹੀਂ ਕਰਨਾ। ਮੈਂ ਤਾਂ ਵੈਸੇ ਇਹ ਸੁਜੈਸਟ ਕਰੂੰਗੀ ਕਿ ਹਫ਼ਤੇ 'ਚ 3 ਦਿਨ ਕਰੋ, ਤਾਂ ਰੋਜ਼ ਕਰੋ, ਰੋਜ਼ ਕਰੋ, ਕਿਉਂਕਿ ਤੁਸੀਂ ਜ਼ੋਰ ਜਿੱਦਾਂ ਲਾਓਗੇ ਉਨਾ ਜ਼ਿਆਦਾ ਵਧੀਆ ਆ। ਕਿਉਂਕਿ ਇਹ ਤਾਂ ਬੈਕ ਐਂਡ 'ਤੇ ਦੇਖ ਰਹੀ ਪਈ ਸੀ ਕੀ ਹੁੰਦਾ ਵੈ, ਮੈਂ ਤਾਂ ਲਗਾਤਾਰ ਕਮਿਊਨੀਕੇਟ ਕਰ ਰਿਹਾ ਸੀਗਾ ਫੇਸਬੁੱਕ ਨਾਲ, ਕਈ ਵਾਰੀ ਨੂੰ ਪਤਾ ਵੀ ਨਹੀਂ ਹੁੰਦਾ ਸੀ ਮੈਂ ਅਪੀਲ ਫੋਮ ਦੁਬਾਰਾ ਭਰਤੇ ਆ। ਮੈਂ ਅਪੀਲ ਫੋਮ ਰੋਜ਼ ਭਰਦਾ ਪਿਆ ਸੀਗਾ, ਵਿੱਚ ਵਿੱਚ ਕਈ ਵਾਰੀ 60 ਦਿਨ ਦੇ ਵਿੱਚ, ਮੇਰੇ ਨਾਲ 2 ਦਿਨ ਕਦੀ ਹੁੰਦਾ ਸੀਗਾ ਕਿ ਮੈਂ 2 ਦਿਨ ਛੱਡਤੇ ਹੋਣ। ਕੋਈ ਕੋਈ ਦਿਨ ਨਹੀਂ ਵੀ ਭਰੇ, ਬਿਲਕੁਲ ਰੈਗੂਲਰ ਨਹੀਂ ਭਰੇ, ਬਟ ਭਰੇ ਆ, ਭਰੇ ਆ, ਪਰ ਲਗਾਤਾਰ ਭਰੇ ਆ। ਮਤਲਬ ਅਗਰ 60 ਦਿਨ ਸੀਗੇ, 60 ਦਿਨ ਦੇ ਵਿੱਚ ਜਿਹੜੇ ਕਹਿੰਦਾ 55 ਡੇਜ਼ ਤਾਂ ਮੈਂ ਫੋਮ ਭਰੇ ਆ। ਜਿਹੜੀ ਸਾਨੂੰ ਉਹਨਾਂ ਤੋਂ ਈਮੇਲ ਬੈਕ ਆਈ ਸੀਗੀ ਉਹ ਸਾਨੂੰ 6 ਵਾਰੀ ਆਈ, ਜਿਹਦੇ 'ਚ ਆਪਾਂ ਦੁਬਾਰਾ ਉਹ ਫੋਟੋ ਖਿਚਾ ਕੇ ਆਪਾਂ ਜਿਹੜਾ ਉਹ ਕੀਤਾ ਹੈ ਨਾ, ਉਹ 6-7 ਵਾਰੀ ਆਈ ਆ ਸਿਰਫ, ਤਾਂ ਕਿ ਉਹਦੇ ਨਾਲ ਹੀ ਫਿਰ ਮਤਲਬ ਇੱਕ ਤਾਂ ਇੰਸਟਾਗ੍ਰਾਮ ਦਾ ਜਿਹੜਾ ਰਿਪਲਾਈ ਆ ਉਹ ਬਹੁਤ ਡਿਲੇ ਹੋ ਕੇ ਆਉਂਦਾ, ਕਿਉਂਕਿ ਮੇ ਬੀ ਉਹਨਾਂ ਨੂੰ ਹੋਰ ਵੀ ਬੜੀਆਂ ਸਾਰੀਆਂ ਮੇਲ ਚੈੱਕ ਕਰੇ ਆ, ਕੀ ਆ ਉਹਨਾਂ ਦਾ ਸਿਸਟਮ ਸਮਝ ਨਹੀਂ ਆਇਆ, ਅਤੇ ਇਹ ਉਹਨਾਂ ਦਾ ਥੋੜ੍ਹਾ ਸੀਗਾ ਖਰਾਬ ਕੰਮ। ਚੌਥੀ ਚੀਜ਼ ਇਹ ਕਿ ਅਗਰ ਤੁਹਾਡਾ ਅਕਾਊਂਟ ਬੈਨ ਹੋ ਜਾਂਦਾ ਆ, ਜਿਸ ਈਮੇਲ ਆਈਡੀ ਦੇ ਉੱਤੇ ਬੈਨ ਹੋਇਆ ਉਹ ਅਕਾਊਂਟ ਆ, ਤੁਸੀਂ ਉਸੇ ਈਮੇਲ ਆਈਡੀ ਦੇ ਉੱਤੇ ਕਦੇ ਵੀ ਨਿਊ ਅਕਾਊਂਟ ਨਾ ਕ੍ਰੀਏਟ ਕਰੋ। ਸੋਚ ਰਹੇ ਆ ਕਿ ਆਪਾਂ ਮਤਲਬ ਤੁਸੀਂ ਆਪਣੀ ਹੋਪ ਲੂਜ਼ ਕਰ ਹੀ ਚੁੱਕੇ ਆ, ਤੇ ਤੁਸੀਂ ਕਹਿ ਰਹੇ ਕਿ ਮੈਂ ਆਪਾਂ ਨਵਾਂ ਅਕਾਊਂਟ ਬਣਾਉਣਾ ਹੀ ਬਣਾਉਣਾ ਆ, ਤੇ ਉਸੇ ਹੀ ਉਸ ਜਿਹੜੀ ਈਮੇਲ ਆਈਡੀ ਤੁਹਾਡੇ ਫੋਰ ਐਗਜ਼ਾਮਪਲ ਲਿੰਕ ਸੀਗੀ, ਤੇ ਉਸ ਅਕਾਊਂਟ ਦੇ ਉੱਤੇ ਤੁਸੀਂ ਉਹ ਈਮੇਲ ਆਈਡੀ ਜਿਹੜੀ ਆ, ਮਤਲਬ ਆਪਣਾ ਨਵਾਂ ਆਈਡੀ ਅਗਰ ਤੁਸੀਂ ਜਿਹੜਾ ਬਣਾਓਗੇ ਉਹ ਉਸ ਈਮੇਲ ਆਈਡੀ ਦੇ ਨਾਲ ਬਣਾਓ, ਇੱਕ ਨਵੀਂ ਈਮੇਲ ਆਈਡੀ ਬਣਾਓ, ਉਸ ਈਮੇਲ ਆਈਡੀ ਦੇ ਨਵੀਂ ਅਕਾਊਂਟ ਬਣਾਓ। ਫੋਰ ਐਗਜ਼ਾਮਪਲ ਸਾਡਾ ਅਕਾਊਂਟ thatcoupledo@gmail.com ਸੀਗਾ, ਅਤੇ ਅਸੀਂ ਉਸ ਆਈਡੀ ਦੇ ਉੱਤੇ ਦੁਬਾਰਾ ਇੰਸਟਾਗ੍ਰਾਮ ਅਕਾਊਂਟ ਨਹੀਂ ਬਣਾਇਆ, ਤੇ ਅਸੀਂ ਇੱਕ ਹੋਰ ਆਈਡੀ ਬਣਾ ਕੇ ਉਹਦੇ ਤੇ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਆਪਣਾ, ਤਾਂ ਕਿ ਅਗਰ ਆਪਾਂ ਕੀਤਾ ਨਹੀਂ, ਐਗਜ਼ਾਮਪਲ ਦੇ ਰਹੀ ਹਾਂ, ਆਪਾਂ ਉਸੇ ਆਈਡੀ ਦੇ ਉੱਤੇ ਨਾ ਆਈਡੀ ਬਣਾਉਂਦੇ ਹੋਏ ਇੱਕ ਹੋਰ ਆਈਡੀ ਬਣਾਈਏ, ਉਹਦੇ ਤੇ ਆਪਾਂ ਅਕਾਊਂਟ ਦੁਬਾਰਾ ਕ੍ਰੀਏਟ ਕਰ ਸਕਦੇ ਹਾਂ। ਕਿਉਂਕਿ ਅਗਰ ਤੁਸੀਂ ਇਹ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਉਹ ਅਕਾਊਂਟ ਆ ਉਹ ਵਾਪਸ ਆਵੇ, ਤਾਂ ਤੁਸੀਂ ਨਵੀਂ ਆਈਡੀ 'ਤੇ ਹੀ ਆਈਡੀ ਦੁਬਾਰਾ ਕ੍ਰੀਏਟ ਕਰੋ, ਉਸੇ ਆਈਡੀ 'ਤੇ ਦੁਬਾਰਾ ਇੰਸਟਾਗ੍ਰਾਮ ਆਈਡੀ ਨਾ ਕ੍ਰੀਏਟ ਕਰਿਓ, ਫਿਰ ਜਿਹੜੀ ਤੁਹਾਡੀ ਰਹਿੰਦੀ ਖੁੰਦੀ ਹੋਪ ਆ ਉਹ ਵੀ ਜਾਂਦੀ ਲੱਗਣੀ, ਕਿਉਂਕਿ ਉਹੀ ਆਈਡੀ ਦੇ ਉੱਤੇ ਚਾਂਸਿਸ ਆ ਕਿ ਤੁਹਾਡੀ ਆਈਡੀ ਜਿਹੜੀ ਵਾਪਸ ਆਏਗੀ। ਅਗਰ ਤੁਸੀਂ ਨਵੀਂ ਬਣਾ ਲਓਗੇ ਤਾਂ ਉਹ ਇੱਕ ਤੁਹਾਡਾ ਇੱਕ ਸੈਕਿੰਡ ਆਪਸ਼ਨ ਤੁਸੀਂ ਆਪਣੇ ਲਈ ਕ੍ਰੀਏਟ ਕਰ ਲਿਆ। ਉਹ ਸ਼ਾਇਦ ਤੇ ਆਈਡੀ ਵਾਪਸ ਨਹੀਂ ਆਈ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਈਮੇਲ ਆਈਡੀਜ਼ ਦਊਂਗਾ ਕਿ ਇਹ ਅਗਰ ਤੁਸੀਂ ਫੋਰਮ ਫਿਲ ਕਰਨ ਤੋਂ ਇਲਾਵਾ, ਕਿਉਂਕਿ ਮੈਂ ਹੋਰ ਵੀ ਈਮੇਲ ਆਈਡੀਆਂ ਕੀਤੀਆਂ ਗਈਆਂ, ਇਹ 3 ਈਮੇਲ ਆਈਡੀਆਂ ਸੀਗੀਆਂ, ਇਸ 'ਤੇ ਵੀ ਮੈਂ ਅਲੱਗ ਤੋਂ ਈਮੇਲ ਬਣਾ ਕੇ ਦਿੱਤੀ ਸੀ ਪੂਰੀ, ਕਿ ਮੇਰਾ ਇੰਸਟਾਗ੍ਰਾਮ ਅਕਾਊਂਟ ਆਇਆ ਅਤੇ ਮੇਰੀ ਸਾਡੀ ਪ੍ਰੋਬਲਮ ਆ ਅਤੇ ਮੈਂ ਇੱਥੇ ਆਹ ਇਸ ਕਰਕੇ ਸਾਡਾ ਅਕਾਊਂਟ ਡਿਸੇਬਲ ਹੋ ਗਿਆ, ਤਾਂ ਪਲੀਜ਼ ਉਹਨੂੰ ਰੀਐਕਟੀਵੇਟ ਕੀਤਾ ਜਾਵੇ, ਅਤੇ ਇਸ ਕਰਕੇ ਸਾਡਾ ਅਕਾਊਂਟ ਜਿਹੜਾ ਰਿਪਲੇਸ ਆ। ਇਹ ਜਿਹੜਾ ਮੈਂ ਤੁਹਾਨੂੰ ਇਹ ਜਿਹੜਾ ਆਪਾਂ ਪ੍ਰੋਸੈਸ ਤੁਹਾਨੂੰ ਦੱਸਿਆ ਆ, ਇਹ ਹੈਗਾ ਆ ਕਿ ਅਗਰ ਤੁਹਾਡੇ ਅਕਾਊਂਟ ਦੇ ਵਿੱਚ ਕਾਪੀਰਾਈਟ ਇਨਫਰਿੰਜਮੈਂਟ ਹੋ ਗਈ ਹੈ। ਅਕਾਊਂਟ ਡਿਸੇਬਲ ਅਲੱਗ ਅਲੱਗ ਤਰੀਕੇ ਨਾਲ ਹੁੰਦਾ ਆ, ਅਤੇ ਅਲੱਗ ਅਲੱਗ ਤਰੀਕੇ ਦੇ ਅਲੱਗ ਅਲੱਗ ਫੋਰਮਸ ਹੈਗੇ ਆ ਇੰਸਟਾਗ੍ਰਾਮ ਦੇ ਉੱਤੇ, ਅਤੇ ਉਹ ਜਿਹੜਾ ਪੋਪਅਪ ਤੁਹਾਨੂੰ ਆਉਂਦਾ ਆ ਲਰਨ ਮੋਰ ਦਾ, ਲਰਨ ਮੋਰ 'ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਉਹ ਪਰਟੀਕੁਲਰ ਤੁਹਾਡੇ ਅਪੀਲ ਫੋਮ 'ਤੇ ਲੈ ਜਾਏਗਾ। ਉਸ ਤੋਂ ਇਲਾਵਾ ਕੁਝ ਅਪੀਲ ਫੋਮ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਆ, ਤੁਸੀਂ ਉਹ ਵੀ ਭਰ ਕੇ ਦੇਖ ਸਕਦੇ ਆ, ਕੁਝ ਈਮੇਲ ਆਈਡੀਜ਼ ਮੈਂ ਡਿਸਕ੍ਰਿਪਸ਼ਨ 'ਤੇ ਦਿੱਤੀਆਂ ਹੋਈਆਂ, ਤੁਸੀਂ ਉਹ ਵੀ ਭਰ ਸਕਦੇ ਆ, ਅਤੇ ਇਹ ਸਭ ਕੁਝ ਤੁਸੀਂ ਕਰ ਸਕਦੇ ਆ। ਇਹ ਕੁਝ ਸੋਲੂਸ਼ਨਸ ਹੈਗੇ ਆ ਜਿਹੜੇ ਤੁਸੀਂ ਅਡੋਪਟ ਕਰ ਸਕਦੇ ਆ। ਇਸ ਪੂਰੇ ਪ੍ਰੋਸੈਸ ਦੇ ਵਿੱਚ ਸਭ ਤੋਂ ਮੇਨ ਗੱਲ ਆ ਤੁਹਾਡਾ ਪੇਸ਼ੈਂਟ ਰਹਿਣਾ, ਬਿਕੋਜ਼ ਪੇਸ਼ੈਂਸ ਤੋਂ ਜਦੋਂ ਅਸੀਂ ਪੇਸ਼ੈਂਸ ਖੋ ਦਿੰਦੇ ਹਾਂ ਨਾ, ਸਾਰਾ ਕੰਮ ਖਰਾਬ ਹੋ ਜਾਂਦਾ ਫਿਰ, ਜਾਂ ਫਿਰ ਆਪਾਂ ਹਰ ਤਰ੍ਹਾਂ ਦੀ ਕੋਈ ਐਸੀ ਚੀਜ਼ ਕਰਨ ਨੂੰ ਕਰਦੇ ਹਾਂ ਕਿ ਸਾਡਾ ਅਕਾਊਂਟ ਫਟਾਫਟ ਵਾਪਸ ਆ ਜਾਏ, ਬਟ ਇੱਦਾਂ ਨਾ ਕਰਿਓ, ਥੋੜ੍ਹੀ ਪੇਸ਼ੈਂਸ ਰੱਖ ਲਿਓ, ਕਿਉਂਕਿ ਜਦੋਂ ਤੁਹਾਨੂੰ ਪਤਾ ਕਿ ਤੁਸੀਂ ਨਹੀਂ ਗਲਤ ਹੈਗੇ ਤਾਂ ਫਿਰ ਆਪੇ ਇੰਸਟਾਗ੍ਰਾਮ ਤੁਹਾਡਾ ਅਕਾਊਂਟ ਵਾਪਸ ਕਰੇਗਾ ਹੀ ਕਰੇਗਾ, ਕਿਉਂਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ, ਅਗਰ ਤੁਹਾਡਾ ਤੁਸੀਂ ਇੱਦਾਂ ਦਾ ਕੁਝ ਵੀ ਨਹੀਂ ਕੀਤਾ ਹੈ ਜੋ ਇੰਸਟਾਗ੍ਰਾਮ ਦੀ ਐਕਚੁਅਲ ਪੋਲਿਸੀ ਨੂੰ ਇਨਫਰਿੰਜ ਕਰੇ, ਅਗਰ ਪੋਲਿਸੀ ਨੂੰ ਵਾਇਲੇਟ ਕਰੇ, ਤਾਂ ਤੁਹਾਡਾ ਅਕਾਊਂਟ ਜਿਹੜਾ ਉਹ ਵਾਪਸ ਆਏਗਾ ਹੀ ਆਏਗਾ, 100% ਸ਼ੋਰ ਆ। ਅਤੇ ਅਗਰ ਤੁਸੀਂ ਤੁਹਾਨੂੰ ਲੱਗਦਾ 1% ਵੀ ਤਾਂ ਲੱਗ ਰਿਹਾ ਕਿ ਤੁਸੀਂ ਨਹੀਂ ਇੱਦਾਂ ਦਾ ਕੁਝ ਕੰਮ ਕੀਤਾ ਹੈ, ਫੇਕ ਫੋਲੋਅਰਸ, ਫੇਕ ਲਾਈਕਸ ਜਾਂ ਕੁਝ ਇੱਦਾਂ ਦਾ ਮਟੀਰੀਅਲ ਤੁਸੀਂ ਸ਼ੇਅਰ ਕੀਤਾ ਹੈ, ਤਾਂ ਹੋ ਸਕਦਾ ਕਿ ਤੁਹਾਡਾ ਅਕਾਊਂਟ ਜਿਹੜਾ ਉਹ ਵਾਪਸ ਨਹੀਂ ਆਏਗਾ। ਸੋ ਇਹ ਸੀਗੀ ਅੱਜ ਦੀ ਵੀਡੀਓ, ਅਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ, ਕਿਉਂਕਿ ਜੋ ਚੀਜ਼ ਸਾਡੇ ਨਾਲ ਹੋਈ ਅਸੀਂ ਨਹੀਂ ਜਾਣਦੇ ਕਿ ਉਹ ਕਿਸੇ ਨਾਲ ਹੋਵੇ, ਅਤੇ ਅਗਰ ਤੁਸੀਂ ਵੀ ਤੁਹਾਡੇ ਵੀ ਕਿਸੇ ਜਾਣ ਪਹਿਚਾਣ ਦੇ ਬੰਦੇ ਦੇ ਨਾਲ ਇੱਦਾਂ ਦਾ ਕੁਝ ਹੋਇਆ ਆ, ਤੁਸੀਂ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰ ਸਕਦੇ, ਅਤੇ ਅਗਰ ਤੁਹਾਡੇ ਨਾਲ ਵੀ ਇੱਦਾਂ ਦਾ ਕਦੇ ਕੁਝ ਹੋਇਆ, ਤੁਸੀਂ ਪਲੀਜ਼ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕਿ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤਾਂ ਕਿ ਬਾਕੀ ਵੀ ਉਸ ਚੀਜ਼ ਤੋਂ ਥੋੜ੍ਹੀ ਸਿੱਖ ਲੈ ਸਕਣ। ਹਾਂ, ਅਤੇ ਲਾਸਟ ਦੇ ਵਿੱਚ ਮੈਂ ਦੁਬਾਰਾ ਇਹ ਕਹੂੰਗਾ ਕਿ ਸਾਡੇ ਯੂਟਿਊਬ ਦੇ ਸਪੈਸ਼ਲੀ ਕਮੈਂਟ ਬਾਕਸ ਦੇ ਵਿੱਚ ਬਹੁਤ ਸਾਰੇ ਅਸੀਂ ਲੋਕ ਹੋਣਗੇ ਜੋ ਕਹਿਣਗੇ ਕਿ ਅਸੀਂ ਤੁਹਾਡਾ ਅਕਾਊਂਟ ਜਿਹੜਾ ਵਾਪਸ ਲਿਆ ਸਕਦੇ ਹਾਂ, ਜਾਂ ਇਹ ਬੰਦਾ ਤੁਹਾਡਾ ਅਕਾਊਂਟ ਵਾਪਸ ਲਿਆ ਸਕਦਾ ਹੈ, ਇੱਥੇ ਕੁਝ ਲਿੰਕਸ ਪਾਏ ਹੋਣਗੇ, ਨਾ ਕਰਿਓ ਉਹਨਾਂ ਨੂੰ ਫੋਲੋ।
ਤੇ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਜ਼ਰੂਰ ਕਰ ਦਿਓ। ਬਾਏ ਬਾਏ, ਠੀਕ ਹੈ, ਸਤਿ ਸ਼੍ਰੀ ਅਕਾਲ।